ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮਾਛੀਵਾੜਾ ਵਿਖੇ ਆਪ ਸਰਬੱਤ ਸੰਗਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸ ਨਗਰ ਅੰਦਰ ਆਗਾਜ਼ ਨੂੰ ਸਮਰਪਿਤ ਇਹਨਾਂ ਮਹਾਨ ਗੁਰਮਤਿ ਸਮਾਗਮਾਂ ਵਿੱਚ ਸ਼ਿਰਕਤ ਕਰ ਰਹੇ ਹੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਿਤਨੇ ਵੀ ਇੱਥੇ ਸੇਵਾਦਾਰ ਨੇ, ਪ੍ਰਬੰਧਕ ਜਨ ਨੇ, ਸਾਰਿਆਂ ਨੇ ਵਿਸ਼ੇਸ਼ ਉਪਰਾਲਾ ਕਰਕੇ ਆਪ ਸੰਗਤ ਦੇ ਸਹਿਯੋਗ ਸਦਕਾ ਇਹ ਸਮਾਗਮ ਉਲੀਕੇ ਨੇ। ਦਾਸ ਤੋਂ ਪਹਿਲਾਂ ਖਾਪੜ ਖੇੜੀ ਵਾਲੇ ਕਵੀਸ਼ਰ ਜਥੇ ਨੇ ਆਪ ਸਰਬੱਤ ਸੰਗਤ ਦੇ ਨਾਲ ਗੁਰਬਾਣੀ ਦੀ ਛਤਰ ਛਾਇਆ ਹੇਠ ਗੁਰ ਇਤਿਹਾਸ ਦੀ ਸਾਂਝ ਪਾਉਣਾ ਕੀਤੀ ਹੈ। ਆਓ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸ ਪਾਕ ਅਸਥਾਨ ਉੱਪਰ ਆਉਣ ਦੇ ਨਾਲ ਜੋ ਸੰਬੰਧਿਤ ਇਤਿਹਾਸ ਹੈ, ਕੀ ਕਾਰਨ ਬਣੇ ਪਾਤਸ਼ਾਹ ਦੇ ਮਾਛੀਵਾੜੇ ਦੇ ਜੰਗਲਾਂ ਵਿੱਚ ਟਿੰਡ ਦਾ ਸਰਾਣਾ ਲਾ ਕੇ ਉਹ ਮਖਮਲਾਂ ਸੇਜਾਂ ਤਖਤਾਂ ਤਾਜਾਂ ਦਾ ਮਾਲਕ ਜਿਹਦੇ ਬਾਬਤ ਬਾਦਸ਼ਾਹ ਲਫ਼ਜ਼ ਵਾਰ ਵਾਰ ਕਵੀ ਜਨਾ ਵਰਤਿਆ ਹੈ, ਇੱਥੇ ਦਰਵੇਸ਼ ਕਿਉਂ ਬਣਿਆ ਉਹ, ਇੱਥੇ ਫਕੀਰ ਕਿਉਂ ਬਣਿਆ ਹੈ। ਗੁਰੂ ਗ੍ਰੰਥ ਸਾਹਿਬ ਦਾ ਇੱਕ ਫੁਰਮਾਨ ਹੈ, ਦਾਸ ਮੰਗਲ ਪੜ੍ਹ ਰਿਹਾ ਸੀ, ਜਿੱਥੇ ਜਾਏ ਵਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ। ਰਾਮ ਰਾਜੇ ਜਿੱਥੇ ਵੀ ਪਰਮੇਸ਼ਰ ਦੇ ਸਰਗੁਣ ਸਰੂਪ ਦਸੋ ਪਾਤਸ਼ਾਹੀਆਂ ਦੇ ਚਰਨ ਪੈਂਦੇ ਨੇ, ਉਸ ਸਥਾਨ ਦੀ ਸੋਭਾ ਲੋਕ ਪਰਲੋਕ ਤੱਕ ਹੁੰਦੀ ਹੈ। ਔਰ ਜਿਹੜੇ ਸਿੱਖ ਨੇ ਉਹ ਫਿਰ ਖੋਜ ਕੱਢਦੇ ਨੇ, ਉਹ ਸਥਾਨ ਲੱਭਦੇ ਨੇ। ਗੁਰਸਿੱਖੀ ਸੋ ਥਨ ਭਾਲਿਆ ਲੈ ਧੂੜ ਮੁੱਖ ਲਾਵਾ। ਉਹ ਸਥਾਨ ਲੱਭ ਕੇ ਮਸਤਕ ਤੇ ਧੂੜੀ ਲਾਉਂਦੇ ਨੇ ਔਰ ਫਿਰ ਉੱਥੇ ਬਣਦਾ ਕੀ ਹੈ, ਅਤ ਉੱਚਾ ਤਾਂਕਾ ਦਰਬਾਰਾ, ਸੁੰਦਰ ਤੋਂ ਸੁੰਦਰ ਸਥਾਨ ਉੱਥੇ ਬਣਾਉਂਦੇ ਨੇ, ਧਰਮਸ਼ਾਲਾ ਬਣਦੀ ਹੈ। ਫਿਰ ਉਹ ਸਿੱਖ ਜਗਤ ਦਾ ਪ੍ਰਚਾਰ ਉਸ ਸਥਾਨ ਤੋਂ ਹੁੰਦਾ ਹੈ। ਇਹ ਜਿਹੜਾ ਪਾਕ ਸਥਾਨ ਹੈ, ਇੱਥੇ ਪਾਤਸ਼ਾਹ ਕਿਵੇਂ ਆਉਂਦੇ ਨੇ, ਇਤਿਹਾਸ ਬੜਾ ਲੰਬੇਰਾ ਦਾ ਸੰਖੇਪ ਵਿੱਚ ਚੱਲੇ। ਮਜ਼ਲੂਮ ਦੀ ਰੱਖਿਆ ਦੀ ਖਾਤਰ, ਭਾਰਤ ਵਰਸ਼ ਦੀ ਆਜ਼ਾਦੀ ਦੀ ਖਾਤਰ, ਡੁੱਬਦੇ ਜੰਜੂ ਨੂੰ ਬਣਾਉਣ ਦੀ ਖਾਤਰ, ਭਾਰਤ ਵਰਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਦੀ ਖਾਤਰ, ਜ਼ੁਲਮੋ ਸਤਮ ਢਾਉਣ ਵਾਲੇ ਮੁਗਲੀਆ ਸਲਤਨਤ ਦੇ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਗੁਰੂ ਗੋਬਿੰਦ ਸਿੰਘ ਭਿੜ ਗਏ। ਬੇਅੰਤ ਜੰਗਾਂ ਗੁਰੂ ਪਾਤਸ਼ਾਹ ਨੇ ਮੁਗਲਾਂ ਨਾਲ ਲੜੀਆਂ। ਖੈਰ, ਮੁਗਲ ਇਕੱਲੇ ਗੁਰੂ ਪਾਤਸ਼ਾਹ ਦੇ ਨਾਲ ਜੰਗ ਲੜਨੇ ਤੇ ਗੱਲ ਸਮਝ ਵਿੱਚ ਆਉਂਦੀ ਹੈ, ਪਰ ਜਿਨ੍ਹਾਂ ਨੂੰ ਨਿਜ਼ਾਤ ਦਿਵਾਉਣ ਲਈ ਪਾਤਸ਼ਾਹ ਨੇ ਤਲਵਾਰ ਚੁੱਕੀ ਹੈ, ਅਗਰ ਉਹੀ ਗੁਲਾਮ ਜ਼ੁਲਮ ਸਹਿਣ ਵਾਲੇ ਗੁਰੂ ਪਾਤਸ਼ਾਹ ਉਹਨਾਂ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਨੇ, ਪਿੰਜਰੇ ਚੋਂ ਬਾਹਰ ਕੱਢਣਾ ਚਾਹੁੰਦੇ ਨੇ, ਤੇ ਉਹ ਪਿੰਜਰੇ ਨਾਲ ਗੁਲਾਮੀ ਨਾਲ ਪਿਆਰ ਪਾ ਕੇ ਬੈਠੇ ਲੋਕ ਗੁਰੂ ਪਾਤਸ਼ਾਹ ਨੂੰ ਚੁੰਝਾਂ ਮਾਰਨ ਲੱਗ ਪੈਣ, ਇੱਥੇ ਮੁਸ਼ਕਲ ਹੋ ਜਾਂਦੀ ਹੈ। ਬਾਈ ਧਾਰ ਦੇ ਰਾਜੇ ਰਾਜਪੂਤ ਰਾਜੇ ਪਾਤਸ਼ਾਹ ਦੇ ਉਲਟ ਮੁਗਲਾਂ ਦੇ ਨਾਲ ਰਲੇ ਹੋਏ ਨੇ। ਮਹਾਰਾਜ ਨੇ ਤਲਵਾਰ ਚੁੱਕੀ ਹੈ ਜ਼ਾਲਮ ਦੇ ਰਾਜ ਦੇ ਖਾਤਮੇ ਦੇ ਲਈ, ਤੇ ਇਹ ਕਹਿੰਦੇ ਕਿਤੇ ਸਾਡਾ ਤਖ਼ਤ ਹੀ ਨਾ ਗੁਰੂ ਮੱਲ ਲਵੇ। ਜਿਹੜਾ ਪੰਛੀ ਲੰਮਾ ਸਮਾਂ ਪਿੰਜਰੇ 'ਚ ਰਵੇ ਨਾ, ਉਹਨੂੰ ਪਿੰਜਰੇ ਨਾਲ ਪਿਆਰ ਹੋ ਜਾਂਦਾ ਹੈ। ਦੂਜੇ ਚੌਥੇ ਦਿਨ ਪੰਛੀ ਨੂੰ ਕੱਢ ਦਿਓ, ਪਿੰਜਰਾ ਖੋਲ੍ਹ ਦਿਓ, ਉੱਡ ਜਾਵੇਗਾ।
ਜੇ ਪੰਜ ਸੱਤ ਮਹੀਨੇ ਬਾਅਦ ਪੰਛੀ ਨੂੰ ਪਿੰਜਰੇ ਚੋਂ ਕੱਢੋਗੇ, ਕੁੰਡੀ ਖੋਲੋਗੇ ਤੇ ਤੁਹਾਡੇ ਹੀ ਚੂੰਝਾ ਮਾਰੇਗਾ। ਇਹ 700-800 ਵਰੇ ਤੋਂ ਲੋਕ ਗੁਲਾਮ ਸਨ, ਗੁਲਾਮੀ ਨਾਲ ਮੋਹ ਸੀ ਇਹਨਾਂ ਲੋਕਾਂ ਨੂੰ, ਜ਼ਮੀਰ ਇਹਨਾਂ ਦਾ ਮਰਿਆ ਸੀ। ਜੇ ਤਲਵਾਰ ਚੁੱਕੀ ਪਾਤਸ਼ਾਹ ਨੇ, ਗੁਰੂ ਮਹਾਰਾਜ ਦੇ ਉਲਟੇ ਚੱਲ ਪਏ। ਵੀ ਨੰਦਾ ਦੀ ਪੁਰੀ ਚੋਂ ਬਗਾਵਤ ਹੋਈ ਹੈ ਦਿੱਲੀ ਤਖ਼ਤ ਦੇ ਖਿਲਾਫ਼, ਕਿਤੇ ਔਰੰਗਜ਼ੇਬ ਇਸ ਇਲਾਕੇ ਦੇ ਸਾਰੇ ਰਾਜਿਆਂ ਨੂੰ ਹੀ ਨਾ ਸਜ਼ਾ ਦੇ ਦੇਵੇ। ਮੌਤ ਤੋਂ ਡਰਦੇ ਗੁਲਾਮ ਲੋਕ ਗੁਰੂ ਪਾਤਸ਼ਾਹ ਨਾਲ ਟਕਰਾ ਗਏ, ਕਈ ਜੰਗਾਂ ਲੜੀਆਂ। ਹਰ ਜੰਗ ਵਿੱਚ ਕਲਗੀਧਰ ਪਾਤਸ਼ਾਹ ਦੀ ਜਿੱਤ ਹੋਈ ਹੈ। ਆਨੰਦਾਂ ਦੀ ਪੁਰੀ ਦਾ ਅਖੀਰਲਾ ਘੇਰਾ 1761 ਬਿਕਰਮੀ ਸੰਮਤ ਵਿੱਚ ਪੈਂਦਾ ਹੈ। 1704 ਈਸਵੀ ਦੇ ਵਿੱਚ ਗਰਮੀਆਂ ਨੇ, ਮਈ ਦਾ ਮਹੀਨਾ ਪੈ ਜਾਂਦਾ, 6-7 ਮਹੀਨੇ ਘੇਰਾ ਪਿਆ ਰਿਹਾ। ਜਦੋਂ ਜੰਗ ਨਾ ਜਿੱਤ ਸਕੇ ਮੁਗਲ, 22 ਧਾਰ ਦੇ ਰਾਜੇ ਝੂਠੀਆਂ ਕਸਮਾਂ ਖਾਧੀਆਂ ਗਈਆਂ। ਅੱਲਾ ਯਾਰ ਖਾਨ ਲਿਖਦੇ ਨੇ, ਇਤਨੇ ਮੈਂ ਇਤਲਾਹ ਹੋਈ ਕਿ ਕਾਸਿਦ ਇੱਕ ਆਇਆ ਹੈ, ਸਰਹੰਦ ਕੇ ਨਵਾਬ ਕਾ ਪੈਗਾਮ ਲਾਇਆ ਹੈ, ਗਊ ਦੀ ਕਸਮ ਖਾਧੀ ਗਈ, ਕੁਰਾਨ ਦੀ ਕਸਮ ਖਾਧੀ ਗਈ। ਕਾਸਿਦ ਨੇ ਆ ਕੇ ਜੋ ਹੁਕਮ ਸੀ ਆਗੂਆਂ ਦਾ, ਉਹ ਪਾਤਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਬਿਆਨ ਕਰ ਦਿੱਤਾ। ਆਨੰਦਪੁਰ ਛੱਡ ਦਿਓ, ਦੀਨ ਬਚ ਜਾਵੇਗਾ, ਧਰਮ ਬਚ ਜਾਵੇਗਾ, ਜਾਨ ਬਚ ਜਾਵੇਗੀ, ਇਹ ਆਨੰਦਪੁਰ ਛੱਡ ਦਿਓ। ਮਹਾਰਾਜ ਜਾਣਦੇ ਤੇ ਇਹਨੇ ਬਿਨ ਬੋਲਿਆ ਸਭ ਕੁਛ ਜਾਣਦਾ, ਪਰ ਸਿੰਘਾਂ ਨੇ ਆਖਿਆ ਮਹਾਰਾਜ ਸਮਾਂ ਆਵੇਗਾ ਫਿਰ ਜੰਗ ਲੜ ਲਵਾਂਗੇ, 3 ਸਾਲ ਦੇ ਕਰੀਬ ਹੋ ਗਏ ਨੇ, ਕੋਈ ਨਾਗਾ ਭਾਵੇਂ ਪੈ ਜਾਵੇ, ਜੰਗ ਲੜਦਿਆਂ ਨੂੰ ਥੱਕ ਗਏ ਆ, ਟੁੱਟ ਗਏ ਆ, ਛਕਣ ਦੇ ਲਈ ਰਾਸ਼ਨ ਨਹੀਂ। ਕਪਟੀ ਲੋਕਾਂ ਨੇ ਆਨੰਦਪੁਰ ਦੇ ਕਿਲੇ ਅੰਦਰ ਰਾਸ਼ਨ ਪਾਣੀ ਜਾਣਾ ਵੀ ਬੰਦ ਕਰ ਦਿੱਤਾ ਹੈ, ਨਾਲੇ ਦੀਨ ਬਚ ਰਿਹਾ ਹੈ, ਧਰਮ ਬਚ ਰਿਹਾ ਹੈ। ਜਦੋਂ ਸਮਾਂ ਆਵੇਗਾ ਫਿਰ ਮੁਗਲਾਂ ਦੇ ਨਾਲ 2 ਹੱਥ ਕਰ ਲਵਾਂਗੇ। ਖੈਰ ਕੁਝ ਪਹਿਲਾਂ ਵੀ ਬਦਾਵਾ ਦੇ ਗਏ ਸਨ। 1761 ਬਿਕਰਮੀ ਸੰਮਤ ਵਾਲੇ ਦਿਨ ਭਾਈ ਗੁਰਬਖਸ਼ ਦਾਸ ਉਦਾਸੀ ਮਹਾਤਮਾ ਨੂੰ ਆਨੰਦਾਂ ਦੀ ਪੁਰੀ ਦੇ ਸਭ ਸਥਾਨਾਂ ਦੀ ਸੇਵਾ ਦੇ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੀਰਤਪੁਰ ਸਾਹਿਬ ਨਮਸਕਾਰ ਕਰਦੇ ਨੇ, ਰਸਤੇ ਦੇ ਵਿੱਚ ਆਪਣੇ ਸਿੰਘਾਂ ਪਰਿਵਾਰ ਦੇ ਸਮੇਤ ਇੱਥੋਂ ਸਰਸਾ ਦੇ ਕੰਢੇ ਪਹੁੰਚ ਗਏ ਨੇ। ਸੇਵਾ ਉਦਾਸੀ ਮਹਾਂਪੁਰਸ਼ ਨੂੰ ਦੇ ਦਿੱਤੀ ਹੈ, ਜਾਂ ਕਹਿ ਮਸਤਕ ਭਾਗ ਸੇ ਸੇਵਾ ਲਾਇਆ। ਸਰਸਾ ਦੇ ਕੰਢੇ ਪਹੁੰਚ ਗਏ ਨੇ, 7 ਪੋਹ ਦੇ ਤੜਕੇ ਆਸਾ ਦੀ ਵਾਰ, 5 ਬਾਣੀਆਂ ਦਾ ਨਿਤਨੇਮ ਜਪਜਾਪ ਸੋਈਏ, 24 ਨੰਦ ਦਾ ਨਿਤਨੇਮ ਸਰਸਾ ਦੇ ਕੰਢੇ ਹੋਇਆ। ਇੰਨੇ ਸਮੇਂ ਦੇ ਵਿੱਚ ਹੀ ਕਸਮਾਂ ਤੋੜ ਕੇ ਹਮਲਾ ਕਰ ਦਿੱਤਾ ਹੈ ਮੁਗਲਾਂ ਨੇ। ਬਾਬਾ ਅਜੀਤ ਸਿੰਘ, ਭਾਈ ਉਦੈ ਸਿੰਘ, ਬਾਬਾ ਜੀਵਨ ਸਿੰਘ ਵਰਗੇ ਸੂਰਬੀਰ ਤਲਵਾਰਾਂ ਸੂਤ ਕੇ ਨਿਤਰੇ ਨੇ। ਘਮਸਾਨ ਦਾ ਉੱਥੇ ਯੁੱਧ ਹੁੰਦਾ ਹੈ, ਇਹ ਦੀਵਾਰ ਬਣ ਕੇ ਦੁਸ਼ਮਣਾਂ ਅੱਗੇ ਖਲੋਤੇ ਨੇ। ਨਿਤਨੇਮ ਦੀ ਜਦੋਂ ਸਮਾਪਤੀ ਹੋਈ, ਅਰਦਾਸਾ ਸੋਧਿਆ ਗਿਆ, ਕਲਗੀਧਰ ਪਾਤਸ਼ਾਹ ਉੱਠੇ। ਅੱਲਾ ਯਾਰ ਖਾਂ ਕਹਿੰਦਾ ਫਿਰ ਐਸੀ ਤਲਵਾਰ ਚਲਾਈ ਕਲਗੀਧਰ ਨੇ, ਸਤਿਗੁਰੋਂ ਨੇ ਰਾਜਪੂਤੋਂ ਕੇ ਸ਼ੱਕੇ ਛੁਡਾ ਦੀਏ। ਇਹ ਗੈਰ ਸਿੱਖ ਲਿਖ ਰਿਹਾ ਹੈ, ਮੁਸਲਮਾਨ, ਸਤਿਗੁਰੋਂ ਨੇ ਰਾਜਪੂਤੋਂ ਕੇ ਸ਼ੱਕੇ ਛੁਡਾ ਦੀਏ, ਮੁਗਲੋਂ ਕੇ ਜੋ ਵਲਵਲੇ ਥੇ ਵੋ ਵੀ ਮਿਟਾ ਦੀਏ। ਜਿਹੜੇ ਆਪਣੇ ਆਪ ਨੂੰ ਗਾਂਡੀਵ ਸੂਰਮੇ ਸਮਝਦੇ ਸੀ, ਗੁਰੂ ਨੂੰ ਬੰਨ ਕੇ ਲੈ ਜਾਵਾਂਗੇ, ਸਿਰ ਕਲਮ ਕਰ ਦੇਵਾਂਗੇ, ਕਲਗੀਧਰ ਦੀ ਤਲਵਾਰ ਦੀ ਮਾਰ ਨਹੀਂ ਚੱਲ ਸਕੇ, ਪਛਾਣ ਗਏ। ਮਹਾਰਾਜ ਦਾ ਹੁਕਮ ਹੋਇਆ ਪਾਰ ਲੰਘੋ ਸਰਸਾ ਤੋਂ। ਹੁਣ ਸਰਸਾ ਤੋਂ ਪਾਰ ਹੋਏ, ਬਹਾਵ ਤੇਜ ਸੀ ਉਸ ਨਦੀ ਦਾ, 1 ਪੋਹ ਦਾ ਮਹੀਨਾ ਹੈ,
ਸੀਤ ਪੈਰਾਂ ਨੂੰ ਚੜੇ, ਪਿੱਛੋਂ ਕਸਮਾਂ ਤੋੜਨ ਵਾਲਿਆਂ ਨੇ ਘੇਰਾ ਪਾਇਆ, ਉੱਤੋਂ ਬੂੰਦਾਬਾਂਦੀ ਵਰਖਾ ਹੋ ਰਹੀ ਹੈ, ਸਾਹਮਣੇ ਸਰਸਾ ਦੀਆਂ ਛੱਲਾਂ ਨੇ ਘੇਰਾ ਚੌਂ ਤਰਫੋਂ ਪਿਆ ਹੋਇਆ ਹੈ। ਸੱਤ ਪੋਹ 1761 ਬਿਕਰਮੀ ਸੰਮਤ ਨੂੰ ਮਹਾਰਾਜ ਸਵੇਰੇ ਸਰਸਾ ਨੂੰ ਲੰਘਦੇ ਨੇ। ਬਾਬਾ ਉਦੇ ਸਿੰਘ ਉੱਥੇ ਸ਼ਹੀਦ ਹੋ ਗਏ ਨੇ। ਸਰਸਾ ਦੇ ਕੰਢੇ ਜੰਗ ਲੜਦਾ ਉਦੇ ਸਿੰਘ, ਲਲਕਾਰ ਕਾ ਖੁਸ਼ੀ ਕਰੀ ਕਰਤਾਰ, ਸਫਲ ਜਨਮ ਇਹ ਭਾਂਤ ਕਰ, ਦੂਤਨ ਕਰੋ ਸੰਘਾਰ। ਖੇੜੇ ਵਿੱਚ ਆ ਕੇ ਜੰਗ ਲੜਿਆ ਸਤਪੁਰਸ਼ ਨੇ, ਸ਼ਹਾਦਤ ਦੀ ਅਵਧੀ ਮਾਣ ਗਿਆ। ਸਾਰਾ ਸੰਘ ਪਾਤਸ਼ਾਹ ਦੇ ਸਰਸਾ ਤੋਂ ਪਾਰ ਲੰਘ ਗਿਆ, ਤਿੰਨਾਂ ਹਿੱਸਿਆਂ ਚ ਪਰਿਵਾਰ ਹੋ ਗਿਆ। ਸਾਹਿਬਜ਼ਾਦੇ ਛੱਡ ਦਊ ਰਹੇ ਸੋ ਸਤਿਗੁਰ ਸਾਥ, ਛੋਟੇ ਗਏ ਵਡਮਾਤ ਸੰਗ ਭਈ ਐਸੀ ਕਿਛ ਬਾਤ। ਕਵੀ ਜੀ ਲਿਖਦੇ ਨੇ ਸ੍ਰੀ ਪੰਥ ਪ੍ਰਕਾਸ਼ ਦੇ ਅੰਦਰ, ਭਾਈ ਰਤਨ ਸਿੰਘ ਭੰਗੂ ਨੇ ਲਿਖਿਆ। ਪਰਿਵਾਰ ਤਿੰਨ ਹਿੱਸਿਆਂ ਚ ਵੰਡਿਆ ਗਿਆ। ਮਹਾਰਾਜ ਦਾ ਕਾਫੀ ਸਾਹਿਤ, ਬੜਾ ਕੀਮਤੀ ਸਾਹਿਤ ਸਰਸਾ ਦੀ ਭੇਟ ਚੜ ਗਿਆ। ਸਭ ਤੋਂ ਵੱਡੇ ਆਕਾਰ ਦਾ ਗ੍ਰੰਥ ਵਿਦਿਆ ਸਾਗਰ ਨਦੀ ਵਿੱਚ ਰੁੜ ਗਿਆ। ਜੋ ਬਚਿਆ ਉਹ ਇਹੀ ਸ਼੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਹੈ, ਜਿਹਨੂੰ ਕੀ ਕਹਿੰਦੇ ਆ ਤੁਸੀਂ, ਬਾਣੀ ਗੁਰੂ, ਗੁਰੂ ਹੈ ਬਾਣੀ, ਪਾਤਸ਼ਾਹ ਦੀ ਪਾਕ ਬਾਣੀ। ਸਰਸਾ ਤੋਂ ਪਾਰ ਹੋਏ ਨੇ, ਪਰਿਵਾਰ ਵਿਛੜ ਗਿਆ, ਮਾਤਾ ਗੁਜਰੀ ਅਤੇ ਦੋ ਛੋਟੇ ਲਖਤੇ ਜਿਗਰ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਇੱਕ ਬੰਨੇ ਨੂੰ ਹੋ ਗਏ। ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ ਨਾਲ ਰੋਪੜ ਥਾਈ ਹੁੰਦੇ ਦਿੱਲੀ ਨੂੰ ਚਲੇ ਗਏ। ਕਲਗੀਧਰ ਪਾਤਸ਼ਾਹ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਪਿਆਰੇ, ਉਹਨਾਂ ਦੇ ਜਿਤਨੇ ਵੀ ਸਿੰਘ ਨੇ, ਪੰਜ ਪਿਆਰੇ ਸਾਹਿਬਾਨ ਨੇ, ਉਹਨਾਂ ਨੂੰ ਲੈ ਕਰਕੇ ਚਮਕੌਰ ਵੱਲ ਨੂੰ ਵਧੇ ਨੇ। ਅੱਲਾ ਯਾਰ ਖਾਂ ਦੀ ਕਲਮ ਨੇ ਬੜਾ ਸੁੰਦਰ ਲਿਖਿਆ, ਕਹਿੰਦਾ ਜਬ ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ, ਡੂਬੇ ਹੋਏ ਸਰਸਾ ਮੇ ਪਿਆਰੇ ਨਜ਼ਰ ਆਏ, ਯਹ ਦੇਖ ਕੇ ਵਿਗੜੇ ਹੋਏ ਸਾਰੇ ਨਜ਼ਰ ਆਏ, ਬਿਫਰੇ ਹੋਏ ਸਤਿਗੁਰੂ ਕੇ ਦੁਲਾਰੇ ਨਜ਼ਰ ਆਏ, ਕਹਤੇ ਥੇ ਇਜਾਜ਼ਤ ਹੀ ਨਹੀਂ ਹੈ ਹਮੇ ਰਨ ਕੀ, ਵਰਨਾ ਮੱਟੀ ਤੱਕ ਉਡਾ ਸਕਤੇ ਹੈ ਦੁਸ਼ਮਨ ਕੇ ਚਮਨ ਕੀ। ਕਹਿੰਦੇ ਹੁਕਮ ਹੀ ਨਹੀਂ ਹੈ, ਮਹਾਰਾਜ ਕਹਿ ਰਹੇ ਨੇ ਜਿੱਥੇ ਸ਼ਹਾਦਤਾਂ ਹੋਣੀਆਂ ਨੇ ਉਹ ਜਗ੍ਹਾ ਹੋਰ ਮੁਕਰਰ ਹੈ, ਆਪਾਂ ਉੱਥੇ ਜਲਦੀ ਪਹੁੰਚਣਾ, ਇੱਥੇ ਹੁਣ ਜੰਗ ਲੜਨ ਦੀ ਲੋੜ ਨਹੀਂ। ਕਹਿੰਦਾ ਕਿਤੇ ਹੁਕਮ ਕਰ ਦੇਣ ਤੇ ਦੁਸ਼ਮਣ ਦਾ ਬਗੀਚਾ ਉਡਾ ਦਈਏ, ਭਾਵ ਇਹ ਜਿਤਨੇ ਵੀ ਫਲ ਫੁੱਲ ਪੌਦੇ, ਇਹ ਦੁਸ਼ਮਣਾਂ ਦੀ ਜਿਤਨੀ ਵੀ ਗਿਣਤੀ ਹੈ, ਮਿੱਟੀ ਚ ਮਿਲਾ ਦਈਏ, ਖੁਰਾ ਖੋਜ ਮਿਟਾ ਦਈਏ ਇਹਨਾਂ ਦਾ। ਇਤਿਹਾਸ ਵਿੱਚ ਜ਼ਿਕਰ ਹੈ ਚਮਕੌਰ ਸਾਹਿਬ ਨੂੰ ਪਾਤਸ਼ਾਹ ਉੱਥੋਂ ਚੱਲਦੇ ਨੇ, ਪਿੰਡ ਘਨੌਲੇ ਵਿੱਚ ਦੀ ਹੁੰਦੇ ਹੋਏ ਪਿੰਡ ਫਿੱਡਾ ਲੰਘੇ ਨੇ, ਪਿੰਡ ਫਿੱਡਾ ਲੰਘ ਕੇ ਲੋਧੀ ਮਾਜਰਾ ਲੰਘੇ ਨੇ, ਰੋਪੜ ਪਹੁੰਚ ਗਏ ਨੇ। ਰੋਪੜ ਦੇ ਪਠਾਣਾ ਨੇ ਵੈਰ ਕਮਾਇਆ ਹੈ ਮਹਾਰਾਜ ਦੇ ਸਾਹਮਣੇ ਹੋਏ ਨੇ, ਸਿੰਘਾਂ ਨੇ ਲਤਾੜ ਸੁੱਟੇ ਨੇ। ਪਿੰਡ ਕੋਟਲੇ ਪਹੁੰਚੇ, ਕੋਟਲਾ ਪਿੰਡ ਲੰਘਿਆ ਹੈ ਜਿੱਥੋਂ ਦਾ ਨਿਹੰਗ ਖਾਂ ਪਠਾਣ ਸ਼ਰਧਾਲੂ ਹੈ ਪਾਤਸ਼ਾਹ ਦਾ, ਇਹ ਨਗਰ ਲੰਘੇ ਨੇ। ਲਖੀਮਪੁਰ ਨੂੰ ਲੰਘਣਾ ਕੀਤਾ ਹੈ, ਬ੍ਰਾਹਮਣ ਮਾਜਰਾ ਲੰਘੇ ਨੇ, ਇਉਂ ਮੰਜਲਾਂ ਮਾਰਦੇ ਮਾਰਦੇ ਦੁਗਰੀ ਲੰਘ ਗਏ, ਤਾਲਾਪੁਰ ਲੰਘ ਗਏ। ਤਾਲਾਪੁਰ ਲੰਘ ਕੇ ਉੱਚੀ ਟਿੱਬੀ ਨੂੰ ਟੱਪ ਕੇ ਮਹਾਰਾਜ ਚਮਕੌਰ ਦੇ ਬਾਗ ਵਿੱਚ ਜਾ ਬੈਠੇ ਨੇ। ਚਮਕੌਰ ਪਹੁੰਚੇ ਨੇ ਸੱਤ ਪੋਹ ਦੀ ਸ਼ਾਮ। ਚਮਕੌਰ ਪਹੁੰਚੇ ਨੇ ਤੇ ਉੱਥੇ ਇੱਕ ਵਿੱਚ ਕੱਚੀ ਗੜੀ ਹੈ ਉੱਚੀ, ਉੱਤੇ ਅਟਾਰੀ ਬਣੀ ਹੈ।
ਕੰਧਾਂ ਕੱਚੀਆਂ ਨੇ, ਉੱਥੇ ਮਹਾਰਾਜ ਨੇ ਡੇਰਾ ਲਾ ਲਿਆ। ਦੌੜੇ ਨਹੀਂ, ਸਿੰਘਾਂ ਨੂੰ ਕਿਹਾ ਇੱਥੇ ਉਤਾਰੇ ਕਰੋ। ਸਰਬੰਸ ਵਾਰਨਾ ਹੈ ਮੈਂ, ਦੋ ਕਿਸ਼ਤਾਂ ਸਰਹੰਦ ਦੀਆਂ ਨੀਹਾਂ ਵਿੱਚ ਅਦਾ ਆਉਣੀਆਂ ਨੇ ਤੇ ਦੋ ਚਮਕੌਰ ਦੀ ਗੜੀ ਵਿੱਚ ਇੱਥੇ ਅਦਾ ਕਰਾਂਗਾ ਮੈਂ। ਹੁਣ ਫੌਜਾਂ ਨੂੰ ਉਡੀਕ ਰਹੇ ਨੇ ਵੀ ਕਦੋਂ ਮੁਗਲ ਆ ਜਾਣ ਤੇ ਕਦੋਂ ਜੰਗ ਮੱਚੇ। ਉੱਥੇ ਉਡੀਕਣ ਲੱਗੇ ਨੇ ਪਾਤਸ਼ਾਹ। ਛੇ ਪੋਹ ਦੀ ਰਾਤ ਨੰਦਾਂ ਦੀ ਪੂਰੀ ਛੱਡੀ, ਸੱਤ ਪੋਹ ਦੇ ਤੜਕੇ ਸਰਸਾ ਦੇ ਕੰਢੇ ਜੰਗ ਹੋਇਆ। ਮੰਜਲਾ ਮਾਰਦੇ ਹੋਏ ਸ਼ਾਮ ਨੂੰ, ਸੱਤ ਪੋਹ ਦੀ ਰਾਤ ਨੂੰ ਸ਼ਾਮ ਨੂੰ ਚਮਕੌਰ ਸਾਹਿਬ ਪਹੁੰਚ ਗਏ। ਚਮਕੌਰ ਦੀ ਗੜੀ ਆਸਣ ਲਾਏ ਨੇ ਤੇ ਥੋੜੇ ਸਮੇਂ ਦੇ ਵਿੱਚ ਹੀ, ਕਿਉਂਕਿ ਫੌਜਾਂ ਪਿੱਛਾ ਕਰਦੀਆਂ ਆ ਰਹੀਆਂ ਸਨ, ਕਈ ਕਹਿ ਦਿੰਦੇ ਕਿਸੇ ਨੇ ਇਤਲਾਹ ਕਰਤੀ ਇੱਥੇ ਨੇ ਉੱਥੇ ਨੇ, ਉਹ ਲੱਖਾਂ ਦਾ ਘੇਰਾ ਹੈ ਲੱਖਾਂ ਦਾ। ਮਹਾਰਾਜ ਨੂੰ ਸੱਤ ਪੋਹ ਦੀ ਰਾਤ ਹੀ ਘੇਰਾ ਪੈ ਜਾਂਦਾ, ਇਹ ਨਹੀਂ ਵੀ ਅੱਠ ਪੋਹ ਦੇ ਸਵੇਰੇ ਫੌਜਾਂ ਆਈਆਂ ਨੇ। ਇਤਲਾਹ ਸ਼ਾਮ ਨੂੰ ਤੇ ਮਹਾਰਾਜ ਪਹੁੰਚੇ ਨੇ ਤੇ ਰਾਤ ਨੂੰ ਸ਼ਾਮ ਨੂੰ ਕਿੰਨੇ ਉਹਨਾਂ ਨੂੰ ਇਤਲਾਹ ਕਰ ਦਿੱਤੀ, ਉਹ ਤੇ ਫੌਜਾਂ ਪਿੱਛੇ ਅੱਗੇ ਲੱਗੀਆਂ ਹੋਈਆਂ ਨੇ। ਅੱਲਾ ਯਾਰ ਖਾਂ ਕਹਿੰਦਾ ਉਹ ਅੱਗੇ ਤੁਰੇ ਆ ਰਹੇ ਨੇ। ਕਲਗੀ ਧਰਨੇ ਆਪ ਗਿਆ, ਕਹਿੰਦੇ ਉਹ 10 ਲੱਖ ਦੇ ਦਿੱਲੀ ਵੱਲੋਂ ਹੋਰ ਆ ਰਿਹਾ ਹੈ ਜਿਹਦੀ ਕੋਈ ਖਬਰ ਹੀ ਨਹੀਂ ਸੀ। ਗੁਰਸਿਹੀ ਚੇ ਕਾਰੇ ਕੋ ਨਦ ਚਹਿਲ ਨਰ ਕੇ 10 ਲੱਖ ਬਰਾਇਦ ਬਰੋ ਬੇਖਬਰ ਗੁਰਸਿਹ। ਗੁਰਸਿਹ ਦਾ ਮਤਲਬ ਹੁੰਦਾ ਹੈ ਭੁੱਖੇ ਭਾਣੇ, ਸ਼ੁਦਾਤੁਰ, ਜਿਨ੍ਹਾਂ ਨੂੰ ਭੁੱਖ ਲੱਗੀ ਹੋਵੇ, ਫਾਰਸੀ ਦਾ ਬੋਲ ਹੈ। ਕਹਿੰਦੇ ਮੇਰੇ ਕੋਲ ਭੁੱਖੇ ਸਿੰਘ ਸਨ, ਭੁੱਖੇ ਕਿਉਂਕਿ ਨੰਦਾਂ ਦੀ ਪੁਰੀ ਦੇ ਕਿਲੇ ਅੰਦਰ ਰਾਸ਼ਨ ਬੰਦ ਕਰ ਦਿੱਤਾ ਸੀ। ਪੱਤੇ ਖਾ ਖਾ ਕੇ ਸਿੰਘਾਂ ਨੇ ਗੁਜ਼ਾਰਾ ਕੀਤਾ ਸੀ। ਚਿਕਾਰੇ, ਚਿਕਾਰ ਫਾਰਸੀ ਦਾ ਲਫ਼ਜ਼ ਹੈ। ਚਿਕਾਰ ਦਾ ਮਤਲਬ ਹੁੰਦਾ ਕਿਸ ਕੰਮ। ਮਹਾਰਾਜ ਕਹਿੰਦੇ 40 ਭੁੱਖੇ ਕੀ ਕਰਦੇ, ਲੰਬੇਰੇ ਸਮੇਂ ਤੋਂ ਲੜਾਈਆਂ ਲੜ ਰਹੇ ਸਨ। ਕੁਨਦ ਦਾ ਮਤਲਬ ਫਾਰਸੀ ਦਾ ਲਫ਼ਜ਼ ਹੈ ਹੁੰਦਾ ਕਰਨਾ, ਕੀ ਕਰਦੇ। 40 ਭੁੱਖੇ ਸਿੰਘ ਮੇਰੇ ਕੀ ਕਰਦੇ। ਆਏ ਔਰੰਗਜ਼ੇਬ ਕਿ 10 ਲੱਖ ਬਰਾਇਦ ਬਰੋ ਬੇਖਬਰ। 10 ਲਫ਼ਜ਼ ਫਾਰਸੀ ਦਾ ਹੈ, 10 ਨੂੰ ਕਹਿੰਦੇ ਨੇ, ਕਹਿੰਦੇ 10 ਅੱਗੇ ਹੈ ਲੱਕ। 10 ਲੱਖ, ਲੱਕ ਦਾ ਮਤਲਬ ਹੈ ਫਾਰਸੀ ਦੇ ਵਿੱਚ 100,000। 10 ਲੱਖ ਪਹਿਲਾਂ ਆ ਗਿਆ 10, ਫਿਰ ਲੱਖ। 10 ਨੂੰ ਮਲਟੀਪਲਾਈ ਕਰੋ 100,000 ਨਾਲ ਬਣ ਗਿਆ 10 ਲੱਖ। ਕਿ 10 ਲੱਖ ਬਰਾਇਦ ਬਰੋ ਬੇਖਬਰ, ਜਿਨ੍ਹਾਂ ਦੀ ਖਬਰ ਹੀ ਕੋਈ ਨਹੀਂ। ਦਿੱਲੀ ਦੀਆਂ ਫੌਜਾਂ ਆ ਗਈਆਂ, ਜਿਹੜੇ ਨੰਦਾਂ ਦੀ ਪੁਰੀ ਤੋਂ ਪਿੱਛਾ ਕਰਦੇ ਉਹ ਵੱਖਰੇ ਆ ਗਏ ਨੇ। ਬਾਈ ਧਾਰ ਦੇ ਰਾਜੇ, ਰੰਗੜ, ਲੁਟੇਰੇ, ਗੁੱਜਰ ਸਭ ਇਕੱਠੇ ਹੋ ਗਏ ਨੇ, ਕਿਉਂਕਿ ਇਹਨਾਂ ਨੂੰ ਸੀ ਗੁਰੂ ਘਰ ਧਨ ਬੜਾ ਚੜ੍ਹਦਾ ਹੈ। ਲੁਟੇਰੇ ਵੀ ਇਕੱਠੇ ਹੋ ਗਏ ਵੀ ਲੁੱਟਾਂਗੇ। ਜਲੰਧਰ ਦੇ ਸੂਬੇ ਦੀਆਂ ਫੌਜਾਂ, ਸੂਬਾ ਸਰਹੰਦ ਦੀਆਂ ਫੌਜਾਂ, ਲਾਹੌਰ ਦੇ ਸੂਬੇ ਦੀਆਂ ਫੌਜਾਂ, ਹਿਮਾਚਲ ਦੇ ਉਹ 22 ਰਾਜਿਆਂ ਦੀਆਂ ਫੌਜਾਂ, ਅੱਜ ਕੱਲ੍ਹ ਜੋ ਹਿਮਾਚਲ ਹੈ, ਲੱਖਾਂ ਦੀ ਗਿਣਤੀ ਵਿੱਚ ਫੌਜ ਆ ਗਈ। 10 ਲੱਖ ਤੇ ਮਹਾਰਾਜ ਨੇ ਆਪ ਕਿਹਾ ਆਪਣੀ ਕਲਮ ਨਾਲ, ਜ਼ਫਰਨਾਮੇ 'ਚ ਲਿਖਿਆ ਹੈ। 10 ਲੱਖ ਦਾ ਘੇਰਾ ਪੈ ਗਿਆ ਸਨ ਭਾਵੇਂ 40, ਪਰ ਜਿੰਨਾ ਚਿਰ ਸਰੀਰ ਵਿੱਚ ਇੱਕ ਵੀ ਕਤਰਾ ਰਿਹਾ ਇਹਨਾਂ ਦੇ ਲਹੂ ਦਾ, ਇਹਨਾਂ ਚਮਕੌਰ ਦੀ ਗੜੀ ਅੰਦਰ ਇੱਕ ਵੀ ਦੁਸ਼ਮਣ ਨਹੀਂ ਵੜਨ ਦਿੱਤਾ। ਐਸੇ ਸੂਰਬੀਰ ਸਨ ਇਹ। ਨਾਲੇ ਜਿਨ੍ਹਾਂ ਦੇ ਵੱਲ ਸ਼ੇਰ ਹੋਵੇ ਨਾ ਸ਼ੇਰ, ਉਹਨਾਂ ਨੂੰ ਗਿੱਦੜਾਂ ਦਾ ਡਰ ਨਹੀਂ ਹੁੰਦਾ। ਕਲਗੀਧਰ ਕਹਿੰਦੇ ਕਸੇ ਪੁਸ਼ਤ ਉਫਤਦ ਪਸ਼ੇ ਸ਼ੇਰ ਨਰ ਨਗੀਰਦ ਬੋਜ਼ੋ ਮੇਸ਼ੁ ਆਹੂ ਗੁਜ਼ਰ। ਮਹਾਰਾਜ ਕਹਿੰਦੇ ਨੇ ਸ਼ੇਰ ਜਿਹਦੀ ਪਿੱਠ ਵੱਲ ਖਲੋਤਾ ਹੋਵੇ ਨਾ, ਉਹਦੇ ਸਾਵੇਂ, ਉਹਦੇ ਸਾਹਮਣੇ ਬੱਕਰੀ ਕੀ, ਭੇਡ ਕੀ, ਹਿਰਨ ਕੀ, ਗਿੱਦੜ ਕੀ, ਇਹ ਟਿਕਣਾ ਤੇ ਦੂਰੇ ਗੁਜ਼ਰ ਵੀ ਨਹੀਂ ਸਕਦੇ। ਜਿਨ੍ਹਾਂ ਦੀ ਪਿੱਠ ਤੇ ਕਲਗੀਧਰ ਹੈ ਉਹਨਾਂ ਨੂੰ 10 ਲੱਖ ਦਾ ਕਾਹਦਾ ਡਰ ਹੋਵੇਗਾ।
ਬਾਣੀ ਦਾ ਇੱਕ ਫਰਮਾਨ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੁਸੀਂ ਰੋਜ਼ ਪੜ੍ਹਦੇ ਹੋ, ਸਤਿਗੁਰ ਮੇਰਾ ਤਾਣ ਨਿਤਾਣ, ਨਿਤਾਣਿਆਂ ਨੂੰ ਤਾਣ ਦੇਣ ਵਾਲਾ ਹੈ ਸਤਿਗੁਰੂ। ਪਹੁੰਚ ਗਏ ਨੇ ਮਹਾਰਾਜ ਅਟਾਰੀ ਤੇ, ਜਦੋਂ ਉਤਾਰੇ ਹੋਏ ਚਮਕੌਰ ਦੀ ਗੜੀ ਅੰਦਰ, ਬੜਾ ਸੁੰਦਰ ਲਿਖਿਆ ਅੱਲਾ ਯਾਰ ਖਾਂ ਨੇ, ਕਹਿੰਦਾ ਥੱਕੇ ਸਨ, ਧਰਤੀ ਦੀ ਗੋਦ ਵਿੱਚ ਨੀਂਦ ਆ ਗਈ। ਆ ਪੋਹ ਦਾ ਮਹੀਨਾ, ਆਹੀ ਦਿਨ ਨੇ, ਕੱਲ ਹੀ ਸੀ ਨਾ ਸ਼ਹੀਦੀ ਦਿਹਾੜਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦਾ। ਦੀਨ ਦੁਨੀਆਂ ਦੇ ਮਾਲਕ ਦੇ ਪਿਆਰੇ ਸਿੰਘ, ਕਿਸੇ ਨੇ ਘੋੜੇ ਦੀ ਕਾਠੀ ਨੂੰ ਸਰਾਣਾ ਬਣਾਇਆ ਹੈ, ਕਿਸੇ ਨੇ ਰੋੜਾਂ ਦਾ ਸਹਾਰਾ ਬਣਾਇਆ ਹੈ, ਕਿਸੇ ਨੇ ਪੋਸ਼ ਜੀ, ਪੋਸ਼ ਜੀ ਕਹਿੰਦੇ ਨੇ ਘੋੜੇ ਦੀ ਕਾਠੀ ਨੂੰ, ਪੋਸ਼ ਕਹਿੰਦੇ ਨੇ ਘੋੜੇ ਦੀ ਪਿੱਠ ਤੇ ਇੱਕ ਲਿਬਾਸ ਪਾ ਲਿਆ ਜਾਂਦਾ ਹੈ, ਜਦੋਂ ਕਾਠੀ ਉੱਤੇ ਬੈਲਟ ਨਾਲ ਬੰਨੋ ਤੇ ਚੀਰਾ ਨਾ ਆਵੇ ਉਹਦੇ ਪੇਟ ਨੂੰ, ਉਹ ਪੋਸ਼ ਉਹਨੂੰ ਚਾਦਰ ਬਣਾ ਕੇ ਕੋਈ ਲੇਟ ਗਿਆ, ਕੋਈ ਉੱਪਰ ਲੈ ਕੇ ਸੌਂ ਗਿਆ, ਕੁਝ ਪਹਿਰਾ ਦੇ ਰਹੇ ਨੇ। ਕਲਗੀਧਰ ਆਪ ਖੇਮੇ ਵਿੱਚ ਉੱਪਰ ਚਲੇ ਗਏ, ਅੱਲਾ ਯਾਰ ਖਾਂ ਕਹਿੰਦਾ ਕੁਛ ਲੇਟ ਗਏ, ਖਾਕ ਪੇ ਜੀ ਪੋਸ਼ ਬਿਸ਼ਾਕਰ, ਕੁਛ ਪਹਿਰਾ ਦੇਣੇ ਲੱਗੇ, ਤਲਵਾਰ ਉਠਾਕਰ ਗੋਬਿੰਦ ਵੀ ਸ਼ਾਬਾਸ਼ ਹੂਏ, ਖੇਮੇ ਮੇ ਜਾਕਰ ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾਕਰ। ਹੁਣ ਇੰਨੇ ਲੰਬੇਰੇ ਸਮੇਂ ਤੋਂ ਯੁੱਧ ਲੜਨ ਵਾਲਾ ਜਰਨੈਲ ਕੁਝ ਸਮਾਂ ਮਿਲਿਆ ਹੈ, ਆਪਾਂ ਸੋਚਾਂਗੇ ਵੀ ਆਰਾਮ ਕਰਦਾ ਹੋਵੇਗਾ, ਲੇਟ ਗਿਆ ਹੋਵੇਗਾ, ਥੱਕਿਆ ਹੈ, ਟੁੱਟਿਆ ਹੈ, ਪਰਿਵਾਰ ਵਿਛੜ ਚੁੱਕਿਆ ਹੈ, ਨੰਦਾਂ ਦੀ ਪੂਰੀ ਉੱਜੜ ਗਈ ਹੈ। ਅੱਲਾ ਯਾਰ ਖਾਂ ਕਹਿੰਦੇ ਨਹੀਂ, ਆਰਾਮ ਨਹੀਂ ਕਰਦਾ, ਚੌਂਕੜਾ ਲਾ ਕੇ ਤੇ ਸਿਰ ਝੁਕਾ ਕੇ ਅਕਾਲ ਪੁਰਖ ਦੀ ਯਾਦ ਵਿੱਚ ਬੈਠਾ ਹੈ। ਆਖਣ ਲੱਗਾ ਗੋਬਿੰਦ ਵੀ ਸ਼ਾਬਾਸ਼ ਹੂਏ, ਖੇਮੇ ਮੇ ਜਾਕਰ ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾਕਰ, ਵਾਹਿਗੁਰੂ ਵਾਹਿਗੁਰੂ ਹੈ ਮੂੰਹ ਸੇ ਨਿਕਲਤਾ ਹੈ, ਤੂੰ ਹੀ ਤੂੰ ਹੈ, ਤੂੰ ਹੀ ਤੂੰ ਹੈ ਮੂੰਹ ਸੇ ਨਿਕਲਤਾ। ਸਭ ਕੁਝ ਉੱਟਿਆ ਗਿਆ, ਲੁੱਟ ਪੁੱਟ ਹੋ ਗਿਆ ਸਭ ਕੁਝ, ਤੇ ਫਿਰ ਵੀ ਸ਼ੁਕਰੀਆ ਅਦਾ ਕਰ ਰਿਹਾ ਹੈ ਵਾਹਿਗੁਰੂ ਦਾ ਮਹਾਰਾਜ। ਗੁਰੂ ਗੋਬਿੰਦ ਸਿੰਘ ਦਾ ਮਰਾਤਬਾ ਇਹ ਹੈ, ਸਾਡਾ ਰੰਚਕ ਮਾਤਰ ਨੁਕਸਾਨ ਹੋ ਜਾਵੇ ਤੇ ਰੱਬ ਨੂੰ ਲਾਹਮੇ ਦਿੰਦੇ ਹੈ ਵੀ ਸਾਡਾ ਵੈਰੀ ਬਣ ਗਿਆ ਰੱਬ, ਤੇ ਗੁਰੂ ਗੋਬਿੰਦ ਸਿੰਘ ਸ਼ੁਕਰੀਆ ਅਦਾ ਕਰ ਰਹੇ ਨੇ। ਇੱਕ ਗੱਲ ਦਾ ਖਿਆਲ ਰੱਖਿਓ, ਭੁੱਖੇ ਭਾਣੇ ਸਿੰਘ ਉੱਥੇ ਲੇਟੇ ਹੋਏ ਨੇ, ਔਰ ਇਹ ਜਿਹੜੇ ਗੁਰੂ ਦੇ ਪਿਆਰੇ ਸਿੰਘ ਨੇ ਨਾ, ਦੀਨ ਦੁਨੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਨਾਲ ਪ੍ਰੇਮ ਬੜਾ ਕਰਦੇ ਨੇ। ਅੱਲਾ ਯਾਰ ਖਾਂ ਕਹਿੰਦੇ ਨੇ ਤਾਰਿਆਂ ਦੀ ਲੋਏ ਖੇਮੇ ਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਹਰ ਆਏ ਨੇ, ਨਿਕਲੇ ਨੇ ਖੇਮੇ ਦੇ ਵਿੱਚੋਂ, ਅਟਾਰੀ ਤੋਂ ਉਤਰ ਰਹੇ ਨੇ, ਪੋਲੇ ਪੋਲੇ ਕਦਮੀ ਸਿੰਘਾਂ ਦੇ ਵਿੱਚ ਟਹਿਲ ਰਹੇ ਸਨ ਵੀ ਕਿਤੇ ਚਰਨਾਂ ਦੇ ਖੜਾਕ ਨਾਲ ਮੇਰੇ ਸਿੰਘ ਨਾ ਉੱਠ ਜਾਣ। ਉਹ ਕਹਿੰਦਾ ਕੋਈ ਡੇਢ ਦੋ ਘੜੀਆਂ, ਘੜੀ 'ਚ 24 ਕੁ ਮਿੰਟ ਹੁੰਦੇ ਨੇ, ਡੇਢ ਦੋ ਘੜੀਆਂ ਕਹਿੰਦਾ ਪਾਤਸ਼ਾਹ ਉਹਨੂੰ ਯਾਦ ਕਰਕੇ ਨਿਰਗੁਣ ਸਰੂਪ ਨੂੰ ਉਤਰੇ ਨੇ ਨੀਚੇ। ਜਬ ਡੇਢ ਘੜੀ ਰਾਤ ਗਈ ਜ਼ਿਕਰੇ ਖੁਦਾ ਮੇ, ਖੇਮੇ ਸੇ ਨਿਕਲ ਆਏ ਹਜ਼ੂਰ ਹਵਾ ਮੇ, ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ, ਬੋਲੇ ਆਏ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇ, ਕਰਤਾਰ ਸੇ ਕਹਤੇ ਥੇ ਗੋਇਆ ਰੂਬਰੂ ਹੋਕਰ, ਕਲ ਜਾਊਂਗਾ ਚਮਕੌਰ ਸੇ ਮੈਂ ਸੁਰਖਰੂ ਹੋਕਰ। ਫਾਰਸੀ ਦੀਆਂ ਪੁਸਤਕਾਂ ਨੇ ਗੰਜੇ ਸ਼ਹੀਦਾਂ, ਸ਼ਹੀਦਾਨੇ ਵਫਾ, ਅੱਲਾ ਯਾਰ ਖਾਂ ਦੀਆਂ, ਕਿਤੇ ਪੜ੍ਹਨ ਦਾ ਸਮਾਂ ਮਿਲੇ ਤੇ ਪੜ੍ਹਿਓ। ਕਹਿੰਦਾ ਉਤਰੇ ਨੇ ਮਹਾਰਾਜ, ਪੁੱਲੇ ਪੁੱਲੇ ਕਦਮਾਂ ਨਾਲ ਟਹਿਲਦੇ ਨੇ,
ਇੱਕ ਵਾਰ ਵੀ ਰੱਬ ਨੂੰ ਉਲਾਮਾ ਨਹੀਂ ਦਿੱਤਾ। ਕਹਿੰਦੇ ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੈਂ ਤੇਰੀ ਰਜ਼ਾ ਚ ਖੁਸ਼ ਹਾਂ ਚਾਹੇ ਸੁੱਖ ਹੈ ਤੇ ਚਾਹੇ ਦੁੱਖ ਹੈ। ਭਾਣਾ ਮੰਨਣ ਦੀ ਹੱਦ ਹੈ ਗੁਰੂ ਗੋਬਿੰਦ ਸਿੰਘ ਦਾ ਜੀਵਨ। ਇਹਦੇ ਤੋਂ ਵੱਧ ਕੇ ਕੋਈ ਦੁਨੀਆਂ ਤੇ ਰੂਹੇ ਜ਼ਮੀਨ ਤੇ ਐਸਾ ਰਹਿਬਰ ਨਹੀਂ ਹੋਇਆ ਜਿਸਨੇ ਐਸੀ ਮਿਸਾਲ ਕਾਇਮ ਕੀਤੀ ਹੋਵੇ ਭਾਣਾ ਮੰਨਣ ਵਾਲੀ। ਤੇ ਕਹਿ ਕੀ ਰਿਹਾ ਹੈ, ਜਦੋਂ ਇਹ ਦੋਵੇਂ ਸ਼ਹੀਦ ਹੋ ਗਏ ਨਾ ਮੇਰੇ ਲਾਲ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਕਹਿੰਦੇ ਕੱਲ ਜਾਊਂਗਾ ਚਮਕੌਰ ਸੇ ਮੈਂ ਸੁਰਖ ਰੂਹ ਹੋ ਕਰ। ਉਹ ਸਰਬੰਸ ਵਾਰਨ ਵਾਲਾ ਜਿਹੜਾ ਬਚਨ ਹੈ ਉਹਦੇ ਚੋਂ ਇਹ ਦੋ ਵੀ ਸ਼ਹੀਦ ਹੋਣਗੇ, ਕਰਜ਼ਾ ਲੈ ਜਾਵੇਗਾ ਬਚਨ ਦਾ ਮੇਰੇ ਸਿਰ ਤੋਂ। ਦੀਨ ਦੁਨੀਆਂ ਦੇ ਮਾਲਕ ਨੇ ਕਿਹਾ ਜੋ ਸੀ ਵੀ ਸਿੱਖੀ ਨੂੰ ਹਰਿਆਂ ਭਰਿਆਂ ਰੱਖਣ ਲਈ, ਇਸ ਰੁੱਖ ਨੂੰ ਹਰਾ ਰੱਖਣ ਲਈ ਇਹਦੀਆਂ ਜੜ੍ਹਾਂ ਮੈਂ ਆਪਣੇ ਸਰਬੰਸ ਦੇ ਲਹੂ ਦੇ ਨਾਲ ਸਿੰਚਾਂਗਾ ਰਹਿੰਦੀ ਦੁਨੀਆਂ ਤੱਕ, ਖਾਲਸਾ ਪੰਥ ਰੂਪੀ ਇਹ ਰੁੱਖ ਕਦੇ ਸੁੱਕੇਗਾ ਨਹੀਂ। ਉਹਨੇ ਕਰਕੇ ਦਿਖਾਇਆ ਹੈ, ਪਹਿਲੇ ਪਿਤਾ ਕਟਾਇਆ ਅਬ ਬੇਟੇ ਕਟਵਾਊਂਗਾ, ਨਾਨਕ ਕਾ ਬਾਗ ਖੂਨੀ ਜ਼ਿਗਰ ਸੇ ਨਹਿਲਾਊਂਗਾ। ਮਹਾਰਾਜ ਦੀਨ ਦੁਨੀਆਂ ਦੇ ਮਾਲਕ ਐਸੀ ਬੁਲੰਦ ਹਸਤੀ ਨੇ, ਬਾਣੀ ਦਾ ਇੱਕ ਫਰਮਾਨ ਹੈ ਸੁੱਖ ਦੁੱਖ ਤੇਰੀ ਆਗਿਆ ਪਿਆਰੇ ਦੂਜੀ ਨਾਹੀਂ ਜਾਏ, ਖੇੜੇ ਵਿੱਚ ਨੇ ਕਹਿੰਦੇ ਸਭ ਤੇਰੇ ਹੁਕਮ ਵਿੱਚ ਹੈ। ਆਖਣ ਲੱਗੇ ਮਹਾਰਾਜ ਜੋ ਤੂੰ ਕਰਾਵੈ ਹੈ ਸੋ ਕਰੀ ਪਿਆਰੇ, ਅਵਰ ਕਿਛ ਕਰਨਾ ਨਾ ਜਾਏ। ਮਹਾਰਾਜ ਨੇ ਟਹਿਲਦਿਆਂ ਵੇਖਿਆ ਵੀ ਮੇਰੇ ਸਿੰਘਾਂ ਦੇ ਹੱਥ ਤਲਵਾਰਾਂ ਚਲਾ ਚਲਾ ਕੇ ਚੀਰੇ ਆਏ ਨੇ, ਕੱਟੇ ਪਏ ਨੇ, ਕਿਸੇ ਦੇ ਪੈਰਾਂ ਵਿੱਚ ਛਾਲੇ ਨੇ, ਸਰਸਾ ਦੇ ਕੰਢੇ ਪੱਥਰਾਂ ਦੀਆਂ ਠੋਕਰਾਂ ਖਾ ਖਾ ਕੇ ਕਈਆਂ ਦੇ ਨਹੁੰ ਚੜੇ ਪਏ ਨੇ, ਟਹਿਲ ਰਹੇ ਸਨ, ਕਿਸੇ ਦੇ ਸਿਰ ਥੱਲਿਓਂ ਕਾਠੀ ਖਿਸਕ ਗਈ, ਕਿਸੇ ਦੇ ਉੱਤੋਂ ਪੋਸ਼ ਲੱਥ ਗਿਆ, ਕਿਸੇ ਦੇ ਉੱਪਰ ਪੋਸ਼ ਦਿੰਦੇ ਨੇ, ਕਿਸੇ ਦਾ ਗੋਦ ਸਿਰ ਵਿੱਚ ਲੈ ਕੇ ਮੱਥਾ ਚੁੰਮਦੇ ਨੇ, ਕਿਸੇ ਦੀ ਸਾਹ ਰਗ ਚੁੰਮਦੇ ਨੇ, ਜਿਵੇਂ ਮਾਂ ਬੱਚਿਆਂ ਨਾਲ ਪ੍ਰੇਮ ਕਰਦੀ ਹੈ। ਅੱਲਾ ਯਾਰ ਖਾਂ ਕਹਿੰਦਾ ਮੌਤ ਦਾ ਸਮੁੰਦਰ ਠਾਠਾ ਮਾਰਦਾ ਹੈ ਇਰਦ ਗਿਰਦ, ਸਮੁੰਦਰ ਹੀ ਜਾਪ ਰਿਹਾ ਹੈ 10 ਲੱਖ ਦਾ ਘੇਰਾ। ਤੇ ਕਲਗੀਧਰ ਕੀ ਕਰ ਰਹੇ ਸਨ, ਜਿਨ ਸਿੰਘੋ ਨੇ ਕੱਲ ਮੌਤ ਕੇ ਸਾਹਿਲ ਥਾ ਉਤਰਨਾ, ਕੱਲ ਸੁਬਹ ਥਾ ਜਿਨ ਖਾਲਸੋ ਨੇ ਜੰਗ ਮੇ ਮਰਨਾ, ਬਾਲੀ ਸੇ ਸ਼ਹਿਦੋ ਕੇ ਹੁਆ ਜਬ ਹੈ ਗੁਜਰਨਾ, ਮੁਸ਼ਕਿਲ ਹੁਆ ਇਸ ਜਾਂ ਸੇ ਕਦਮ ਆਗੇ ਕੋ ਧਰਨਾ। ਕਦਮ ਰੁਕ ਗਏ, ਅੱਗੇ ਨਹੀਂ ਤੁਰ ਪਾਉਂਦੇ, ਪ੍ਰੇਮ ਆਉਂਦਾ ਹੈ ਸਿੰਘਾਂ ਤੇ। ਕਹਿੰਦਾ ਗੋਦ ਵਿੱਚ ਸਿਰ ਲੈ ਲਿਆ, ਚੂਮਾ ਕਵੀ ਹਲ ਘੂਮ ਕਵੀ ਦਹਿਨ ਚੂਮਨੇ ਬੈਠੇ, ਜਬ ਪਾਇੰਤੀ ਆਏ ਤੋ ਪੈਰ ਚੂਮਨੇ ਬੈਠੇ। ਕਹਿੰਦੇ ਮੱਥਾ ਚੁੰਮਿਆ, ਸਾਹ ਰਗ ਚੁੰਮੀ, ਤੇ ਜੇ ਆਪਾਂ ਪੁੱਛੀਏ ਮਹਾਰਾਜ ਮਸਤਕ ਕਿਉਂ ਚੁੰਮਦੇ ਹੋ, ਤੇ ਜਵਾਬ ਇਹ ਆਉਂਦਾ ਏ ਇਹ ਮੱਥੇ ਦੇ ਲੇਖ, ਇਹ ਜੀਵਨ ਕਾਲ ਗੁਰਮਤ ਦੇ ਅਸੂਲਾਂ ਦੇ ਤਹਿਤ ਚੱਲਿਆ ਮੇਰਾ ਸਿੰਘ ਹੈ। ਕੱਲ ਨੂੰ ਇਹ ਮਸਤਕ ਧਰਮ ਦੀ ਖਾਤਰ ਗੁਰੂ ਦੀ ਖਾਤਰ ਕੱਟਿਆ ਜਾਣਾ ਏ, ਮੱਥਾ ਤਾਂ ਚੁੰਮਿਆ। ਸਾਰਾ ਕਿਉਂ ਚੁੰਮਦੇ ਹੋ, ਕਹਿੰਦੇ ਇਸ ਸਾਹ ਰਗ ਚੋਂ ਹਰ ਇੱਕ ਸਵਾਸ ਮਜ਼ਲੂਮ ਦੀ ਰੱਖਿਆ ਲਈ, ਸਿੱਖੀ ਨੂੰ ਪ੍ਰਫੁੱਲਤ ਕਰਨ ਲਈ, ਦੀਨ ਦੇ ਲਈ ਨਿਕਲਿਆ ਹੈ ਚੱਲਿਆ ਹੈ, ਤੇ ਜਿਹੜਾ ਹਰ ਸਾਹ ਗੁਰੂ ਦੇ ਲੇਖੇ ਹੋਵੇ ਉਸ ਸਾਹ ਰਗ ਨੂੰ ਚੁੰਮਿਆ ਹੈ, ਕੱਲ ਨੂੰ ਉਹ ਸਾਹ ਰਗ ਇਹ ਧੜ ਦੇ ਉੱਤੇ ਨਹੀਂ ਰਵੇਗਾ। ਕਹਿੰਦਾ ਠੀਕ ਹੈ ਅੱਲਾ ਯਾਰ ਖਾਂ ਵੀ ਮੁਰਸ਼ਦ ਮੱਥਾ ਚੁੰਮ ਹੀ ਲੈਂਦੇ ਨੇ ਆਪਣੇ ਚੇਲਿਆਂ ਦਾ, ਸੇਵਕਾਂ ਦਾ, ਪਰ ਕਹਿੰਦਾ ਹੈਰਾਨੀ ਇਸ ਗੱਲ ਦੀ ਹੈ, ਇਹ ਠੀਕ ਹੈ। ਕਹਿੰਦਾ ਸਿਰ ਵੱਲੋਂ ਨੰਗੇ ਮੱਥਾ ਚੁੰਮ ਲਿਆ, ਸਾਹ ਰਗ ਚੁੰਮ ਲਈ, ਕਹਿੰਦਾ ਹੈਰਾਨੀ ਇਸ ਗੱਲ ਦੀ ਹੈ ਜਦੋਂ ਕਦਮਾਂ ਵੱਲੋਂ ਨੰਗੇ ਤੇ ਦੌੜ ਕੇ ਆਪਣੇ ਪਿਆਰੇ ਸਿੰਘਾਂ ਦੇ ਪੈਰ ਚੁੰਮਣ ਲੱਗ ਪਏ।
चूमा कभी हलकूम कभी दहन चूमने बैठे जब पाइंती आए तो पैर चूमने बैठे। महाराजे कदे कोई मुर्शद नहीं वेख्या सेवकां दे पैर चूमे, सेवक ते मुर्शदां दे पैर चूमदे वेखे ही ने आपां। ते जवाब फिर ए आवेगा जीवन काल विच एक कदम कदे भी गुरमत दे उल्ट नहीं उठे। इन्हां ठोकरां भी गुरु पातशाह कहिंदे मेरे लई जरियां ने, कल नूं एक कदम मैदाने जंग विच कटे जाने ने चढ़ जाने ने। अल्लाह यार खां कहिंदा मैं इस गल तों हैरान हां उल्फत के यह जज्बे कहीं देखे नहीं हमने, है देखना एक बार तो कहीं सुने भी नहीं हमने। किसे मुर्शद ने अपने चेलिया नाल इन्ना प्यार कीता वे कहिंदा कदे वेख्या नहीं है, दुनिया दे किसे धर्म दे इतिहास विच नहीं वेख्या, कहिंदा वेखना ते दूर कदे सुनिया भी नहीं है। इतना प्यार अपने सिंघां नाल पातशाह करदे ने। खैर दीन दुनिया दे मालक कुछ ऐसे कौतक खेडदे पए ने। वैसे भी जिहड़ा धर्म विच पूरा है ना, उस सतपुरश बाबत महाराज कहिंदे ने जानकी तूर देहो किरपा निधो नानक कै सुख एही। उहदे चरणां दी धूड़ी पातशाह कहिंदे ने मिल जावे ते भाग सफले। सतपो दी रात लंघ गई है, अज भी सोदर दा जाप होया सी। जे सरसा दे कंडे आसा दी वार लगी नितनेम होया अमृत वेले दा, ते अज भी शामा नूं रात नूं सोदर दा जाप होया, कीर्तन सोहला पढ़िया गया, रखिया दे शब्द पढ़े गए, बाणी ना पातशाह ने जोड़िया है, दरबार अज भी सजिया सी। इउं रात लंघ गई है, गीत गाउंदिया गुरु नानक दे अकाल पुरख दे, रात लंघ गई। अठ पो दा दिन चढ़िया, दस लख दा किरा है, चाली भुखे सिंह ने दीन दुनिया दे मालक गुरु गोबिंद सिंह पातशाह कहिंदे ओ आ गए ने कसमां तोड़न वाले, के पैमा शिकन बेद रंग आमदन मया तेग तीरो तुफंग आमदम बला चार गी दरमया आमदम बात तदबीर तीरो तुफंग आमदम चुकार रज हमा हील ते दर गुजश्त हलाल अस्त बुरदन बा शमशीर दस्त। कहिंदे मेरे सामे दस लख नंगी तलवार लैके कसमा तोड़न वाला औरंगजेब ते ओदे जरनैल ओदे करिंदे आ चुके ने, जो पैमा शिकन ने वादे तोड़न वाले ने। ते कहिंदे मैं भी तलवार कढ लई है म्यान चो, मैं भी लाचार होके तलवार फड़ी है, मैनू शौक नहीं लऊ वहाउण दा, हुण फकीर दे सामे तलवार लैके आउणगे ते माला अगे थोड़ी करेगा। जे प्रेम नाल आउण हथ जोड़ के आउण ते फकीर बन के टक्करदा, ए नंगियां तलवारां लैके आए ने, कहिंदे मैं मोढे ते रफल पा लई, पत्था तीरां नाल भर लिया, कमान मोढे ते टंगिया होया है, भला चार गी दरमिया आमदम बात तदबीर तीरो तुफंग आमदम। मैं भी महाराज कहिंदे मैदाने जंग च आ गया, जफरनामे दे बोल ने। कहिंदे जदों प्रेम दी भाषा कोई ना ना समझे, चूंका रज हमा हील ते दर गुजश्त हलाल अस्त बुरदन बा शमशीर दस्त, फिर शमशीर दे मुठे ते हथ लियाना ही पैंदा है, तलवार चुकनी पैंदी है। बड़ा रोकिया औरंगजेब, मजलूमां नूं ना मार, भारत वर्ष दी संस्कृति नूं कदमा तले ना रौंद, उल्टा गुरु तेग बहादुर साहिब नूं शहीद कर दिता गया। बाबर के नहीं टले, गुरु अर्जन साहिब नूं शहीद कर दिता गया। यह प्रेम की भाषा नहीं समझते, हुण तलवार की भाषा समझावांगा इन्हां नूं मैं। महाराज ने शस्त्र धार लए, दस लख दे विच्चों एक जरनैल है नाहर खां, ये पौड़ी लाके
ਚਮਕੌਰ ਦੀ ਗੜੀ ਨੂੰ ਹੋਇਆ ਹੈ, ਚੜਿਆ ਹੈ ਪਰ ਕਲਗੀਧਰ ਦੇ ਤੀਰ ਨੇ ਇਹਨੂੰ ਜ਼ਹਿਨਮ ਪਹੁੰਚਾ ਦਿੱਤਾ, ਇਹਦਾ ਖੁਰਾ ਕੁਝ ਮਿਟਾ ਦਿੱਤਾ। ਗਨੀ ਖਾਂ ਚੜਿਆ ਹੈ, ਮਹਾਰਾਜ ਨੇ ਗੁਰਜ ਮਾਰਿਆ ਹੈ ਸਿਰ ਵਿੱਚ, ਉਹਨੂੰ ਵੀ ਪਾਰ ਬੁਲਾ ਦਿੱਤਾ ਤੇ ਫਿਰ 10 ਲੱਖ ਦੇ ਵਿੱਚੋਂ ਗਾਂਢੀਵ ਸੂਰਮਾ ਖਵਾਜਾ ਮਹਿਮੂਦ ਪੌੜੀ ਲਾ ਕੇ ਚੜਿਆ। ਕਹਿੰਦੇ ਜਿਹੜਾ 10 ਲੱਖ ਦੇ ਵਿੱਚੋਂ ਸਭ ਤੋਂ ਬਲੀ ਸਮਝਿਆ ਜਾਂਦਾ ਸੀ, ਸਿੱਖੋ 40 ਦਾ ਜਿਹੜਾ ਜਰਨੈਲ ਹੈ ਨਾ, 40 ਦਾ ਡਰਨਾ ਤੇ ਉਹਨੂੰ ਚਾਹੀਦਾ, 10 ਲੱਖ ਦੇ ਆਗੂ ਨੂੰ ਕਾਹਦਾ ਡਰ। ਪਰ ਗੁਰੂ ਗੋਬਿੰਦ ਸਿੰਘ ਆਮ ਇਨਸਾਨ ਨਹੀਂ ਹੈ, ਉਹ ਕੌਣ ਹੈ? ਗੁਰੂ ਨਾਨਕ ਦਾ 10ਵਾਂ ਜਾਮਾ ਤੇ ਗੁਰੂ ਨਾਨਕ ਕੌਣ ਹੈ? ਜੋਤ ਰੂਪ ਹਰ ਆਪ ਗੁਰੂ ਨਾਨਕ ਕੁਹਾਇਓ, ਹੀ ਪ੍ਰੀਵੇਡਿੰਗ ਲਾਰਡ, ਗੁਰੂ ਨਾਨਕ ਇਸ ਦਾ ਸੁਪਰੀਮ ਲਾਰਡ, ਗੁਰੂ ਨਾਨਕ ਹੀ ਖੁਦਾਇਆ ਹੈ। ਜੋ ਤੋਹਾ ਜੁਗਤ ਸਾਈ ਸਹਿਕਾਇਆ, ਫਿਰ ਪਲਟੀਏ ਕਾਇਆ, ਪਲਟ ਕੇ ਗੁਰੂ ਗੋਬਿੰਦ ਸਿੰਘ ਬਣ ਗਿਆ। ਗੁਰ ਪਰਮੇਸ਼ਰ ਏਕੋ ਜਾਣ, ਦੇਰ ਇਸ ਨੋ ਡਿਫਰੈਂਸ ਬਿਟਵੀਨ ਗੁਰੂ ਨਾਨਕ ਐਂਡ ਸੁਪਰੀਮ ਲਾਰਡ। ਰੱਬ ਤੇ ਗੁਰੂ ਨਾਨਕ ਚ ਫਰਕ ਕੋਈ ਨਹੀਂ ਜੇ, ਇਹ ਤੁਹਾਡੇ ਮੇਰੇ ਹੀ ਫਰਕ ਖੜੇ ਕੀਤੇ ਨੇ। 10 ਲੱਖ ਦੇ ਵਿੱਚ ਜਿਹੜਾ ਸਭ ਤੋਂ ਗਾਂਢੀਵ ਸੂਰਮਾ ਖਵਾਜਾ ਮਹਿਮੂਦ ਹੈ, ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਸਮਝਦਾ ਸੀ 10 ਲੱਖ ਵਿੱਚ ਉਹਦੇ ਵਰਗਾ ਕੋਈ ਸੂਰਮਾ ਹੀ ਨਹੀਂ। ਜਦੋਂ ਪੌੜੀ ਚੜਿਆ, ਮੇਰੇ ਮਸਤਕ ਵੱਲ ਉਹਦੀ ਨਦਰ ਪਈ, ਨਿਗਾਹ ਪਈ ਤੇ ਇੰਨਾ ਪੈ ਭੀਤ ਹੋ ਗਿਆ ਵੀ ਡਰਦੇ ਕੋਲੋਂ ਪੌੜੀ ਦਾ ਡੰਡਾ ਛੁੱਟ ਗਿਆ ਤੇ ਭੁੰਜੇ ਡਿੱਗ ਪਿਆ। ਕਹਿੰਦੇ ਅੱਗੇ ਆ ਖਵਾਜਾ ਮਰਦੂਦ ਬਾ ਸਾਹੇ ਦੀਵਾਰ, ਨਿਆਮਤ ਬਾ ਮੈਦਾ ਬਾ ਮਰਦਾਨੇ ਵਾਰ। ਆਪਣੇ ਆਪ ਨੂੰ ਮਰਦ ਕਹਿੰਦਾ ਸੀ, ਮਰਦ ਕਹਿੰਦਾ ਮੇਰੇ ਸਾਵੇਂ ਜਦੋਂ ਆਇਆ, ਖੁਦ ਖੁਦਾ ਗੁਰੂ ਗੋਬਿੰਦ ਸਿੰਘ ਕਹਿੰਦੇ ਜਦੋਂ ਮੇਰੇ ਸਾਵੇਂ ਆਇਆ ਡਿੱਗ ਪਿਆ ਭੁੰਜੇ ਪੌੜੀ ਤੋਂ ਡਰਦਾ, ਮੈਂ ਉਹਦਾ ਨਾਮ ਮਰਦੂਦ ਰੱਖਿਆ ਹੈ, ਕਾਇਰ ਰੱਖਿਆ ਹੈ, ਉਹ ਮਹਿਮੂਦ ਨਹੀਂ, ਉਹ ਮਰਦੂਦ ਨਿਕਲਿਆ। ਤੇ ਜੇ ਕਿਤੇ ਮੇਰੇ ਸਾਹਮਣੇ ਆ ਜਾਂਦਾ ਨਾ, ਦਰੇਗਾ ਅਗਰ ਰੂਏ ਉਹ ਦੀਦ ਮੈਂ, ਬਾ ਇੱਕ ਤੀਰ ਲਾਚਾਰ ਬਖਸ਼ੀਦ ਮੈਂ, ਇੱਕ ਤੀਰ ਮੈਂ ਪੱਥੇ ਚੋਂ ਕੱਢ ਕੇ ਉਹਦੀ ਛਾਤੀ ਨੂੰ ਬਖਸ਼ ਦਿੰਦਾ ਤੇ ਜਹਨਮ ਪਹੁੰਚਾ ਦਿੰਦਾ। ਮੇਰੇ ਸਾਹਮਣੇ ਨਹੀਂ ਆਇਆ, ਮੇਰੇ ਸਾਹਮਣੇ ਨਹੀਂ ਹੋਇਆ। ਏਡਾ ਬਲੀ ਹੈ ਗੁਰੂ ਗੋਬਿੰਦ ਸਿੰਘ, ਉਹਦੇ ਸਾਵੇਂ ਵੱਡੇ ਵੱਡੇ ਜਰਨੈਲ ਮਿੱਟੀ ਹੋ ਜਾਂਦੇ ਨੇ। ਖੈਰ ਬਾਣੀ ਕਹਿੰਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ, ਸਤਿਗੁਰ ਨੂੰ ਅੱਪੜ ਕੋਈ ਨਾ ਸਕਈ ਜਿਸ ਵੱਲ ਸਿਰਜਣ ਹਾਰਿਆ। ਗੁਰੂ ਪਰਮੇਸ਼ਰ ਇੱਕ ਨੇ, ਗੁਰੂ ਦਾ ਮੁਕਾਬਲਾ ਨਾਚੀਜ਼ ਬੰਦਾ ਕੋਈ ਚੰਮ ਦਾ ਲਫਾਫਾ ਨਹੀਂ ਕਰ ਸਕਦਾ, ਭਾਵੇਂ 10 ਲੱਖ ਦੀ ਜਗ੍ਹਾ 20 ਲੱਖ ਇਕੱਠੇ ਹੋ ਕੇ ਆ ਜਾਣੇ। ਜੇ ਕਰ ਸਕਦਾ ਹੋਵੇ ਤੇ 10 ਲੱਖ ਦੇ ਵਿੱਚੋਂ ਨਿਕਲ ਕੇ ਗੁਰੂ ਗੋਬਿੰਦ ਸਿੰਘ ਮਾਛੀਵਾੜੇ ਨੇ ਪਹੁੰਚਦੇ। ਉਸ ਇਤਿਹਾਸ ਵੱਲ ਵੀ ਵਧਦੇ ਆ, ਪਤਾ ਨਹੀਂ ਤੁਹਾਨੂੰ ਕਿੰਨੇ ਇਹ ਸੁਣਾਇਆ ਵੀ ਚੋਰੀ ਨਿਕਲ ਗਏ, ਹਨੇਰੇ ਨਿਕਲ ਗਏ, ਏਦਾਂ ਦਾ ਕੁਝ ਵੀ ਨਹੀਂ ਹੋਇਆ ਉੱਥੇ। 10 ਲੱਖ ਦੇ ਘੇਰੇ ਜੋ ਚੋਰੀ ਨਹੀਂ ਨਿਕਲਿਆ ਜਾਂਦਾ, ਉਹ 10 ਬੰਦੇ ਨਹੀਂ ਸੀ ਵੀ ਸੌ ਗਏ ਹੋਣਗੇ ਤੇ ਬਾਪੂ ਨਿਕਲ ਆਇਆ ਘੋੜਾ ਭਜਾ ਕੇ, ਨਹੀਂ, ਹਿੱਕ ਦੇ ਜ਼ੋਰ ਨਾਲ ਲੱਖਾਂ ਨੂੰ ਮਿੱਟੀ ਚ ਮਿਲਾ ਕੇ ਨਿਕਲਿਆ ਹੈ ਕਲਗੀਧਰ ਉਸ ਮੈਦਾਨੇ ਜੰਗ ਚੋਂ। ਇਹ ਅਸੀਂ ਆਪਣੇ ਵਰਗਾ ਹੀ ਕਾਇਰਤਾ ਭਰਿਆ ਇਤਿਹਾਸ ਲਿਖਣ ਨੂੰ ਉਤਾਵਲੇ ਰਹਿੰਦੇ ਹਾਂ ਵੀ ਨਹੀਂ ਜੀ ਉਹ ਸਾਡੇ ਵਰਗਾ ਹੀ ਹੋਣਾ, ਗੁਰੂ ਲੁਕ ਲਾ ਕੇ ਨਿਕਲ ਆਇਆ ਹੋਣਾ। ਕਿੱਥੇ ਇੱਕ ਕੀਟ, ਕਿੱਥੇ ਖੁਦ ਖੁਦਾ ਗੁਰੂ ਗੋਬਿੰਦ ਸਿੰਘ। ਪਰ ਆਪਣੀ ਆਦਤ ਇਹ ਹੈ, ਜਿੰਨੀ ਕੁ ਆਪਣੀ ਔਕਾਤ ਉਨੀ ਕੀ ਆਪਾਂ ਕਲਮ ਚਲਾਉਂਦੇ ਹਾਂ। ਉਹ ਖੂਹ ਦੇ ਡੱਡੂ ਨੇ ਉਨੀ ਕੀ ਗੱਲ ਕਰਨੀ ਹੈ ਜੋ ਉਹਨੇ ਵੇਖਿਆ ਹੈ, ਉਹ ਕੀ ਜਾਣੇ ਸਮੁੰਦਰਾਂ ਦੇ ਕੰਢੇ ਦੀ ਬਹਾਰ ਕੈਸੀ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਨੇ ਐਸਾ ਘਮਸਾਨ ਦਾ ਯੁੱਧ ਲੜਿਆ ਹੈ, ਉੱਥੇ ਬੰਦਾ ਨਹੀਂ ਟਿਕ ਸਕਦਾ ਉਹਦੇ ਸਾਹਮਣੇ। ਬਾਣੀ ਕਹਿੰਦੀ ਹੈ ਨਾਲੇ, ਕਿਆ ਮਾਨੁੱਖ ਕਹੋ ਕਿਆ ਜ਼ੋਰ, ਰੱਬ ਅੱਗੇ ਬੰਦੇ ਦਾ ਕੀ ਜ਼ੋਰ ਹੈ। ਕੀ ਕਹਿੰਦੇ ਨੇ, ਸਤਿਗੁਰ ਨੂੰ ਅੱਪੜ ਕੋਈ ਨਾ ਸਕਈ, ਗੁਰੂ ਤਾਂ ਹੀ ਕੋਈ ਨਹੀਂ ਪਹੁੰਚ ਸਕਦਾ, ਗੁਰੂ ਵਰਗੀ ਤਾਕਤ ਇਸ ਰੂਹੇ ਜ਼ਮੀਨ ਤੇ ਕਿਸੇ ਚੰਮ ਦੇ ਲਬਾਬੇ ਵਿੱਚ ਨਹੀਂ ਹੈ। 2 ਜਰਨੈਲ ਖਤਮ ਹੋ ਗਏ ਮੁਗਲਾਂ ਦੇ, ਖਵਾਜਾ ਮਰਦੂਦ ਥੱਲੇ ਡਿੱਗ ਪਿਆ, 5 ਸਿੰਘਾਂ ਦੇ ਜਥੇ ਕਲਗੀਧਰ ਪਾਤਸ਼ਾਹ ਨੇ ਭੇਜੇ ਨੇ, ਭਾਈ ਹਿੰਮਤ ਸਿੰਘ ਗਏ ਨੇ ਮੈਦਾਨੇ ਜੰਗ ਦੇ ਅੰਦਰ। ਸ਼ਹਾਦਤ ਦੀ ਅਵਧੀ ਮਾਣੀ ਹੈ, 2 ਪਿਆਰੇ ਜੰਗ ਦੇ ਅੰਦਰ ਸ਼ਹੀਦ ਹੋ ਗਏ ਨੇ,
ਦੋ ਜਥੇ ਸਿੰਘਾਂ ਦੇ ਨਾਲ ਸ਼ਹੀਦ ਹੋ ਗਏ ਨੇ ਤੇ ਭਾਵਨਾ ਸਾਰਿਆਂ ਦੀ ਕੈਸੀ ਹੈ, ਅੱਖੀ ਕਾੜ ਧਰੀ ਚਰਣਾ ਤਲ, ਤਨ ਮਨ ਕਾਟ ਕਾਟ ਸਭ ਅਰਪੀ ਆਪਾ ਵਾਰਨ ਵਾਲੇ ਸਭ ਗੁਰੂ ਤੋਂ, ਸਭ ਸਿਰ ਦੇਣ ਵਾਲੇ ਗੁਰੂ ਦੀ ਖਾਤਰ। ਉਧਰੋਂ ਬਾਬਾ ਅਜੀਤ ਸਿੰਘ ਗਲ ਵਿੱਚ ਹਜ਼ੂਰੀਆ ਪਾ ਕੇ ਆ ਗਏ। ਮਹਾਰਾਜ ਲੋਕ ਆਖਣਗੇ ਗੈਰਾਂ ਦੇ ਪੁੱਤ ਮਰਵਾ ਦਿੱਤੇ, ਆਪਣੇ ਜੰਗ ਨੂੰ ਤੋਰੇ ਹੀ ਨਾ। ਮਹਾਰਾਜ ਕਹਿੰਦੇ ਬਾਬਾ ਅਜੀਤ ਸਿੰਘ ਜੀ ਚਾਹੁੰਦਾ ਤੇ ਮੈਂ ਵੀ ਹਾਂ, ਤੁਸੀਂ ਜੰਗ ਲੜੋ, ਪਰ ਨਾਬਾਲਗ ਹੋ। ਲੋਕ ਆਖਣਗੇ ਨਾਬਾਲਗ ਬੱਚੇ, 18 ਸਾਲ ਤੋਂ ਛੋਟੀ ਉਮਰ ਦੇ ਬੱਚੇ ਸ਼ਹੀਦ ਕਰਵਾ ਦਿੱਤੇ ਗੁਰੂ ਨੇ, ਪਰ ਤੁਸੀਂ ਆਪ ਆ ਕੇ ਆਗਿਆ ਮੰਗੀ ਹੈ। ਮੇਰੀ ਛਾਤੀ ਕਹਿੰਦੇ ਹੋਰ ਵੀ ਚੌੜੀ ਹੋ ਗਈ ਹੈ। ਤੇ ਭਾਈ ਦਇਆ ਸਿੰਘ ਨੇ ਪੰਜ ਪਿਆਰਿਆਂ ਸਮੇਤ, ਪਿਆਰੇ ਕਰਕੇ ਨਾ ਪੰਜ ਸਿੰਘ ਲੈ ਕੇ ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ, ਦਾਤਾ ਕਿਉਂ ਭਾਣਾ ਵਰਤਾਉਂਦੇ ਹੋ? ਇਹ ਵੱਡੇ ਨੇ, ਦੋ ਵਿਛੜ ਚੁੱਕੇ ਨੇ, ਦੋ ਰਹਿ ਗਏ ਨੇ, ਇਹ ਲੈ ਕੇ ਗੜੀ ਚੋਂ ਨਿਕਲ ਜਾਓ, ਇਹ ਤੁਹਾਡੇ ਤਖਤ ਦੇ ਮਾਲਕ ਬਣਨਗੇ। ਤੇ ਕਲਗੀਧਰ ਮਹਾਰਾਜ ਕਹਿੰਦੇ ਦਇਆ ਸਿੰਘ ਜੀ ਤੁਸੀਂ ਵੀ ਸਾਰੇ ਮੇਰੇ ਪੁੱਤਰ ਹੋ, ਕਿਹਨੂੰ ਛੱਡਾਂ ਤੇ ਕਿਹਨੂੰ ਗੜੀ ਚੋਂ ਬਾਹਰ ਲੈ ਕੇ ਜਾਵਾਂ। ਅੱਖਾਂ ਭਰ ਗਈਆਂ ਭਾਈ ਦਇਆ ਸਿੰਘ ਦੀਆਂ, ਵੈਰਾਗ ਆ ਗਿਆ ਭਾਈ ਦਇਆ ਸਿੰਘ ਨੂੰ। ਅਰਦਾਸ ਹੀ ਹੈ ਸਿੰਘ ਕਰ ਸਕਦਾ, ਜ਼ੋਰ ਤੇ ਹੈ ਨਹੀਂ ਗੁਰੂ ਤੇ। ਏਦਾਂ ਨਾ ਕਿਹਾ ਕਰੋ ਵੀ ਪੰਜਾਂ ਪਿਆਰਿਆਂ ਗੁਰੂ ਸਾਹਿਬ ਨੂੰ ਹੁਕਮ ਕੀਤਾ, ਨਹੀਂ ਇਹ ਨਹੀਂ ਹੋ ਸਕਦਾ। ਬਾਣੀ ਕਹਿ ਰਹੀ ਹੈ, ਬਾਣੀ ਕਹਿ ਰਹੀ ਹੈ ਸਭ ਤੇ ਵੱਡ ਸਮਰੱਥ ਗੁਰਦੇਵ ਗੁਰੂ ਸਭ ਤੋਂ ਵੱਡਾ, ਵੱਡੇ ਨੂੰ ਹੁਕਮ ਨਹੀਂ ਬੇਨਤੀ ਹੁੰਦੀ ਹੈ। ਪੰਜ ਪਿਆਰੇ ਸਾਡੇ ਤੋਂ ਵੱਡੇ ਨੇ, ਸਾਨੂੰ ਹੁਕਮ ਕਰ ਸਕਦੇ ਨੇ, ਗੁਰੂ ਨੂੰ ਨਹੀਂ। ਜੇ ਗੁਰੂ ਨੂੰ ਹੁਕਮ ਕੀਤਾ ਹੈ ਤੇ ਫਿਰ ਇਤਿਹਾਸ ਵਿੱਚ ਜਿਸ ਤਰ੍ਹਾਂ ਆਉਂਦਾ, ਫਿਰ ਤੇ ਗੁਰੂ ਨੇ ਦੋ ਵਾਰ ਉਹਨਾਂ ਦਾ ਹੁਕਮ ਕੱਟਿਆ ਹੈ। ਪਹਿਲਾ ਹੁਕਮ ਤੇ ਇਹੀ ਕੱਟਿਆ ਗਿਆ ਵੀ ਮਹਾਰਾਜ ਬਾਬਾ ਅਜੀਤ ਸਿੰਘ ਨੂੰ ਲੈ ਕੇ ਕਿਲੇ ਚੋਂ ਨਿਕਲ ਜਾਓ, ਤੇ ਮਹਾਰਾਜ ਕਹਿੰਦੇ ਨਹੀਂ, ਮੈਂ ਸ਼ਹਾਦਤ ਦੀ ਅਵਧੀ ਬਖਸ਼ਣੀ ਹੈ ਇਸ ਨੂੰ। ਨਹੀਂ ਮੰਨੇ ਮਹਾਰਾਜ, ਕਿਉਂ ਨਹੀਂ ਮੰਨੇ? ਕਿਉਂਕਿ ਸਿੱਖਾ ਤੇਰਾ ਫਰਜ਼ ਕੇਵਲ ਹੈ ਬਿਨਤ ਕਰੋ ਅਰਦਾਸ, ਤੂੰ ਬੇਨਤੀ ਕਰ ਸਕਦਾ ਹੈ। ਤੇ ਬਾਪੂ ਗੁਰੂ ਗੋਬਿੰਦ ਸਿੰਘ ਸੁਣੋ, ਜੇ ਠਾਕੁਰ ਭਾਵੈ ਕਿਤੇ ਕਬੂਲ ਕਰ ਲਵੇ ਤੇ ਗੱਲ ਠੀਕ ਹੈ, ਨਾ ਕਰੇ ਤੇ ਰੱਬ ਅੱਗੇ ਜ਼ੋਰ ਨਹੀਂ ਹੈ ਕਿਸੇ ਦਾ। ਮਹਾਰਾਜ ਕਹਿੰਦੇ ਭਾਈ ਦਇਆ ਸਿੰਘ ਜੀ ਤੁਹਾਡੀ ਬੇਨਤੀ ਆ ਗਈ ਹੈ। ਬਾਬਾ ਅਜੀਤ ਸਿੰਘ ਕਹਿੰਦੇ ਮਹਾਰਾਜ ਅੱਜ ਆਪਣੇ ਲਖਤੇ ਜਿਗਰ ਦੀ ਸੁਣ ਲਓ, ਅੱਗੇ ਸਿੰਘਾਂ ਦੀ ਸੁਣਦੇ ਰਹੇ। ਮਹਾਰਾਜ ਨੇ ਆਪਣੇ ਕਮਰ ਕੱਸੇ ਚੋਂ ਤਲਵਾਰ ਕੱਢੀ ਹੈ। ਜੇ ਤੁਸੀਂ ਆਖੋ ਨਾ ਵੀ ਹੁਕਮ ਕੀਤਾ ਹੈ, ਦੂਜੀ ਵਾਰ ਫਿਰ ਭਾਈ ਦਇਆ ਸਿੰਘ ਪੰਜ ਸਿੰਘ ਲੈ ਕੇ ਆਖਣਗੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਹਾਰਾਜ ਉਹ ਤੇ ਵਿਛੜ ਚੁੱਕੇ ਨੇ, ਪਤਾ ਨਹੀਂ ਕਿਹੜੇ ਹਾਲਾਤਾਂ ਚ ਨੇ, ਬਾਬਾ ਜੁਝਾਰ ਸਿੰਘ ਨੂੰ ਰੱਖ ਲਓ, ਕਿਲੇ ਚੋਂ ਲੈ ਜਾਓ। ਮਹਾਰਾਜ ਕਹਿੰਦੇ ਨਹੀਂ। ਤੀਜੀ ਵਾਰ ਬੇਨਤੀ ਮੰਨੀ ਹੈ, ਅਖੀਰ ਤੇ ਜਦੋਂ ਮਹਾਰਾਜ ਨੂੰ ਕਿਹਾ ਹੈ ਵੀ ਤੁਸੀਂ ਗੜੀ ਛੱਡ ਜਾਓ, ਰੱਬ ਦਾ ਵਾਸਤਾ ਹੈ ਤੁਹਾਡੇ ਨਿਰਗੁਣ ਸਰੂਪ ਦਾ, ਤੁਹਾਨੂੰ ਵਾਸਤਾ ਹੈ, ਜਦੋਂ ਨਿਰਗੁਣ ਸਰੂਪ ਦਾ ਵਾਸਤਾ ਪਾਇਆ ਤੇ ਫਿਰ ਕਲਗੀਧਰ ਨੇ ਗੜੀ ਛੱਡੀ ਹੈ, ਪਰਮਾਤਮਾ ਦੇ ਨਾਮ ਤੇ ਗੜੀ ਛੱਡੀ ਹੈ। ਸੋ ਧਿਆਨ ਰੱਖ, ਇੱਥੇ ਬੇਨਤੀ ਕਰਨੀ ਪੈਂਦੀ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਤਿਆਰ ਕੀਤਾ ਬਾਬਾ ਅਜੀਤ ਸਿੰਘ ਨੂੰ, ਕਲਗੀ ਆਪ ਲਾਈ, ਸੋਹਣਾ ਦਸਤਾਰਾ ਸਜਾ ਕੇ ਕਲਗੀ ਆਪ ਲਾਈ, ਪੱਥਾ ਤੀਰਾਂ ਨਾਲ ਆਪ ਭਰਿਆ। ਜਿਵੇਂ ਬੱਚਾ ਨੌਕਰੀ ਨੂੰ ਚੱਲਿਆ ਹੋਵੇ, ਚੰਗੀ ਉਪਲਬਧੀ ਨੂੰ ਚੱਲਿਆ ਹੋਵੇ, ਚੰਗੀ ਅਵਧੀ ਮਾਨਣ ਚੱਲਿਆ ਹੋਵੇ, ਘੋੜੀ ਚੜ੍ਹਨ ਲੱਗਾ ਹੋਵੇ, ਜਿਵੇਂ ਮਾਪੇ ਚਾਵਾਂ ਨਾਲ ਲਾਡਾਂ ਨਾਲ ਤੋਰਦੇ ਨੇ, ਬਾਪੂ ਨੇ ਮੱਥਾ ਚੁੰਮਿਆ, ਸ਼ਸਤਰਾਂ ਨਾਲ ਲੈਸ ਕਰਕੇ ਆਪ ਗੜੀ ਦਾ ਦਰਵਾਜ਼ਾ ਖੋਲ੍ਹਿਆ ਹੈ। ਜਾ ਜਾ ਬਾਬਾ ਅਜੀਤ ਸਿੰਘ, ਆ ਸ਼ਹਾਦਤ ਨਾਲੋਂ ਵੱਡੀ ਕੋਈ ਅਵਧੀ ਨਹੀਂ, ਕੋਈ ਮਰਾਤਬਾ ਨਹੀਂ ਹਾਸਲ ਕਰ ਲਾ, ਰਹਿੰਦੀ ਦੁਨੀਆ ਤੱਕ ਨਾਮ ਰਵੇਗਾ। ਦੀਨ ਦੁਨੀਆ ਦੇ ਮਾਲਕ ਇਹ ਪਹੁੰਚੇ ਹੋ ਚਮਕੌਰ ਦੀ ਗੜੀ ਅੰਦਰ, ਜਿਸ ਬਾਪ ਦੇ ਦੋ ਬੱਚੇ ਵਿਛੜ ਜਾਣ, ਦੋ ਰਹਿ ਗਏ ਹੋ, ਦੋਵੇਂ ਨਾਬਾਲਗ 17 ਤੇ 14 ਸਾਲ ਦੇ, 17 ਵਰਿਆਂ ਦੇ ਨੂੰ ਤੋਰ ਕੇ ਬਾਪ ਮੈਂ ਨਹੀਂ ਸਮਝਦਾ ਅਟਾਰੀ ਤੇ ਖਲੋ ਕੇ ਇਹ ਦ੍ਰਿਸ਼ ਵੇਖਣਾ ਚਾਹੇਗਾ ਵੀ 10 ਲੱਖ ਨੰਗੀ ਤਲਵਾਰ ਤੇ ਬੱਚਾ ਨੱਚਦਾ ਵੇਖਾਂ ਮੈਂ।
ਇਹ ਆਮ ਬੰਦਾ ਨਹੀਂ ਵੇਖ ਸਕਦਾ, ਇਹਦੇ ਦੇ ਕੰਧ ਵਿੱਚ ਟੱਕਰਾਂ ਮਾਰ ਮਾਰ ਕੇ ਬਾਪੂ ਮਰ ਜੇ ਜੇ ਬੱਚਾ ਮੌਤ ਦੇ ਮੂੰਹ ਵਿੱਚ ਹੋਵੇ ਤੇ ਕਲਗੀਧਰ ਅਟਾਰੀ ਤੇ ਖਲੋਤੇ ਨੇ ਆਪਣੇ ਲਖਤੇ ਜਿਗਰ ਨੂੰ ਮੈਦਾਨੇ ਜੰਗ ਵਿੱਚ ਲੜਦਿਆਂ ਹੋਇਆਂ ਵੇਖ ਰਹੇ ਨੇ ਤੇ ਖੇੜੇ ਵਿੱਚ ਜਕਾਰੇ ਛੱਡ ਰਹੇ ਨੇ। ਤਵਾਰੀਖ ਗੁਰੂ ਖਾਲਸਾ ਪਾਤਸ਼ਾਹੀ ਦਸਵੀਂ ਵਿੱਚ ਗਿਆਨੀ ਗਿਆਨ ਸਿੰਘ ਲਿਖਦੇ ਨੇ, ਬਾਬਾ ਅਜੀਤ ਸਿੰਘ ਜੀ ਦਾ ਜੰਗ ਹੋ ਰਿਹਾ ਹੈ, ਮੁਗਲੀਆ ਜਰਨੈਲ ਨਾਜ਼ਮ ਵਜ਼ੀਰ ਖਾਂ ਜ਼ਬਰਦਸਤ ਖਾਂ ਵਰਗੇ ਵੇਖ ਰਹੇ ਨੇ ਤੇ ਵੇਖਦਿਆਂ ਵੇਖਦਿਆਂ ਤਲਵਾਰ ਚੱਲਦੀ ਨੂੰ ਵੇਖ ਕੇ ਕਹਿੰਦੇ ਇਹ ਤਲਵਾਰ ਨਹੀਂ, ਇਹ ਤੇ ਇਉਂ ਹੈ ਜਿਵੇਂ ਬਿਜਲੀ ਚਮਕਦੀ ਹੋਵੇ, ਇੰਨੀ ਰਫਤਾਰ। ਕਹਿੰਦਾ ਖੌਰੇ ਗੁਰੂ ਨੇ ਆਪਣੇ ਸਿੰਘਾਂ ਨੂੰ ਆਪਣੇ ਬੱਚਿਆਂ ਨੂੰ ਕਿਹੜਾ ਫੌਲਾਦੀ ਕਲਮਾ ਪੜ੍ਹ ਕੇ ਉਹ ਅੰਮ੍ਰਿਤ ਛਕਾਇਆ ਹੈ, ਜਿਨ੍ਹਾਂ ਦਾ ਵਜੂਦ ਹੀ ਸਾਰ ਦਾ ਲੋਹੇ ਦਾ ਬਣ ਗਿਆ ਹੈ। ਇਹ ਝੁਕਦੇ ਨਹੀਂ, ਇਹ ਨਾ ਕੱਟੇ ਜਾਣ ਨਾ ਵੱਢੇ ਜਾਣ, ਪਤਾ ਨਹੀਂ ਕਿੱਥੋਂ ਐਸੀ ਤਾਕਤ ਆ ਗਈ, ਲੱਖਾਂ ਸਾਵੇਂ ਅੜਦੇ ਨੇ। ਇਹ ਠੀਕ ਹੈ ਕਲਗੀਧਰ ਪਾਤਸ਼ਾਹ ਵਿੱਚ ਹਸਤੀ ਹੈ, ਚਿੜੀਆਂ ਕੋਲੋਂ ਬਾਜ ਤੁੜਾਉਂ ਘਰ ਘਰ ਬੀਚ ਅਕਾਲ ਜਪਾਉਂ, ਇਹਨੂੰ ਕਹਿੰਦੇ ਨੇ ਸਤਿਗੁਰ ਮੇਰਾ ਤਾਣ। ਨਿਤਾਣ ਨਿਤਾਣਿਆਂ ਨੂੰ ਚਿੜੀਆਂ ਨੂੰ ਬਾਜਾਂ ਤੇ ਆਵੀ ਪਾ ਦਿੰਦਾ ਹੈ। ਤਲਵਾਰ ਚੱਲਦੀ ਦੀ ਸਾਖੀ ਸਾਖਿਆਤ ਗਵਾਹੀ ਅੱਲਾ ਯਾਰ ਖਾਂ ਦੇ ਇਸ ਸ਼ੇਰ ਨੇ ਦਿੱਤੀ ਹੈ। ਕਹਿੰਦਾ ਕਹਤੇ ਥੇ ਉਦੂ ਬਰਕ ਹੈ ਤਲਵਾਰ ਨਹੀਂ ਹੈ, ਇਸ ਕਾਟ ਕਾ ਦੇਖਾ ਕਭੀ ਹਥਿਆਰ ਨਹੀਂ ਹੈ, ਨੌ ਮਸ਼ਕ ਜਮਾ ਜੈ ਕੋਈ ਜਿਨਹਾਰ ਨਹੀਂ ਹੈ, ਸਤਿਗੁਰੂ ਹੈ ਫਰਜ਼ੰਦ ਵਫਾਦਾਰ ਨਹੀਂ ਹੈ, ਲਲਕਾਰੇ ਅਜੀਤ ਔਰ ਮੁਖਾਤਿਬ ਹੂਏ ਸਭ ਸੇ, ਬੋਲੇ ਫੁਰਮਾਏ ਉਦੂ ਸੇ ਨਾ ਨਿਕਲ ਹਦੇ ਅਦਬ ਸੇ। ਇੱਦਾਂ ਤਲਵਾਰ ਚੱਲੀ ਬਿਜਲੀ ਵਾਂਗੂ ਨਾਜ਼ਮ ਵਜ਼ੀਰ ਖਾਂ ਵਰਗਿਆਂ ਦੇ ਮੂੰਹੋਂ ਨਿਕਲਿਆ, ਇਹ ਬਿਜਲੀ ਚਮਕ ਰਹੀ ਹੈ, ਬਿਜਲੀ ਵਾਂਗੂ ਖੁਰਾ ਖੋਜ ਮਿਟਾ ਰਿਹਾ ਹੈ ਸਭ ਦਾ, ਇਹ ਫਰਜ਼ੰਦ ਨਹੀਂ ਹੈ, ਇਹ ਬਾਬਾ ਅਜੀਤ ਸਿੰਘ ਨਹੀਂ ਹੈ, ਭੁਲੇਖਾ ਪੈ ਗਿਆ ਜੇ ਗੁਰੂ ਗੋਬਿੰਦ ਸਿੰਘ ਆਪ ਆਇਆ ਲੱਗਦਾ ਹੈ। ਤੇ ਵੇਖੋ ਗੁਰੂ ਦਾ ਅਦਬ ਕਿੰਨਾ ਹੈ ਸਾਹਿਬਜ਼ਾਦਿਆਂ ਦੇ ਹਿਰਦੇ ਅੰਦਰ। ਇੱਥੇ ਜਣਾ ਖਣਾ ਗੁਰੂ ਬਣ ਕੇ ਬਹਿ ਜਾਂਦਾ ਹੈ, ਚਾਰ ਬੰਦੇ ਕੀ ਸੁਣਨ ਲੱਗ ਪੈਣ, ਆਪਣੇ ਆਪ ਨੂੰ ਗੁਰੂ ਵਿਖਵਾਉਣ ਲੱਗ ਪੈਣਗੇ। ਇੱਕ ਮਾਮੂਲੀ ਜਿਹਾ ਚੰਮ ਦਾ ਲਿਫਾਫਾ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਤੁਲ ਆਪਣੇ ਆਪ ਨੂੰ ਖਾਉਣ ਲੱਗ ਪੈਂਦਾ ਕਈ ਵਾਰ। ਬਾਬਾ ਅਜੀਤ ਸਿੰਘ ਲਲਕਾਰ ਕੇ ਕਹਿੰਦੇ ਵੀ ਆਪਣੇ ਅਲਫਾਜ਼ਾਂ ਨੂੰ ਕਾਬੂ ਵਿੱਚ ਰੱਖੋ, ਮੈਂ ਗੁਰੂ ਗੋਬਿੰਦ ਸਿੰਘ ਦਾ ਫਰਜ਼ੰਦ ਲਖਤੇ ਜਿਗਰ ਚਰਨਾਂ ਦੀ ਧੂੜੀ ਹਾਂ, ਗੁਰੂ ਗੋਬਿੰਦ ਸਿੰਘ ਵਰਗਾ ਦੁਨੀਆਂ ਤੇ ਨਾ ਕੋਈ ਹੋਇਆ ਹੈ ਤੇ ਨਾ ਕੋਈ ਹੋਵੇਗਾ। ਇਹ ਅਦਬ ਗੁਰੂ ਦਾ, ਔਰ ਕਰ ਕੌਣ ਰਿਹਾ ਹੈ ਜਿਹਦਾ ਬਲੱਡ ਰਿਲੇਸ਼ਨ ਹੈ, ਜਿਹਦੀਆਂ ਰਗਾਂ ਵਿੱਚ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦਾ ਲਹੂ ਦੌੜਦਾ ਹੈ, ਉਹ ਕਹਿ ਰਿਹਾ ਹੈ ਨਹੀਂ ਗੱਲ। ਕਹਿੰਦਾ ਜੇ ਗੁਰੂ ਗੋਬਿੰਦ ਸਿੰਘ ਆ ਗਿਆ ਫਿਰ ਤੁਹਾਡਾ ਖੁਰਾ ਖੁਰ ਮਿਟ ਜਾਵੇਗਾ ਇੱਥੋਂ। ਦੀਨ ਦੁਨੀਆਂ ਦੇ ਮਾਲਕ ਦੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਲੜ ਰਹੇ ਨੇ। ਕਹਿੰਦੇ ਸ਼ਹਿਜਾਦੇ ਸ਼ਹਿਜਾਦੇ ਜੀ ਰਾਹਾ ਨੇ ਭਾਗੜ ਸੀ ਮਚਾ ਦੀ, ਯਹ ਫੌਜ ਭਗਾ ਦੀ ਕਭੀ ਵੋ ਫੌਜ ਭਗਾ ਦੀ, ਬੜ ਚੜ ਕੇ ਤਵ ਕੁਸੇ ਸੁਜਾਕਤ ਜੋ ਦਿਖਾ ਦੀ, ਸੁਜਾਕਤ ਜੋ ਦਿਖਾ ਦੀ ਸਤਿਗੁਰੂ ਨੇ ਵਹੀ ਕਿਲੇ ਸੇ ਬੇਟੇ ਕੋ ਨਿਧਾ ਦੀ। ਕਹਿੰਦੇ ਭਾਜੜ ਮਚਾ ਦਿੱਤੀ ਲੱਖਾਂ ਦੇ ਵਿੱਚ ਬਾਬਾ ਅਜੀਤ ਸਿੰਘ ਨੇ, ਤੀਰ ਚਲਾਉਂਦਿਆਂ ਚਲਾਉਂਦਿਆਂ ਪੱਥਾ ਖਾਲੀ ਹੋ ਗਿਆ, ਨੇਜਾ ਲੜਦਿਆਂ ਲੜਦਿਆਂ ਟੁੱਟ ਗਿਆ, ਤੇ ਕਲਗੀਧਰ ਖੇੜੇ ਵਿੱਚ ਆ ਕੇ ਖੜੇ ਅਟਾਰੀ ਦੇ ਉੱਤੇ ਕਹਿੰਦੇ ਸ਼ਾਬਾਸ਼ ਪਿਸਰ ਖੂਬ ਦਾ ਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ। ਗੁਰੂ ਗੋਬਿੰਦ ਸਿੰਘ ਦੇ ਲਾਲ ਹੋ ਤੁਸੀਂ ਲੜਦੇ ਵੀ ਏਦਾਂ ਕਿਉਂ ਨਾ, ਘਮਸਾਨ ਦਾ ਯੁੱਧ ਲੜਿਆ, ਕੇਲਿਆਂ ਦੇ ਬਣ ਨੂੰ ਜਿਵੇਂ ਵਾਢੀ ਵੱਢਦੇ ਨੇ ਇਉਂ ਵੱਢ ਵੱਢ ਕੇ ਬਾਬਾ ਅਜੀਤ ਸਿੰਘ ਸੁੱਟੀ ਜਾ ਰਿਹਾ ਸੀ। ਮਾਰੂ ਵੱਜਦੇ ਨੇ, ਨਗਾਰੇ ਵੱਜਦੇ ਨੇ, ਤਲਵਾਰਾਂ ਚਮਕਦੀਆਂ ਨੇ, ਬੁਜ਼ਦਿਲ ਭੱਜਦੇ ਨੇ, ਘਮਸਾਨ ਦਾ ਜੰਗ ਹੋ ਰਿਹਾ ਹੈ। ਅਸਾਵਾਂ ਜੰਗ, ਇੱਕ ਬੰਨੇ 10 ਲੱਖ ਦੂਜੇ ਬੰਨੇ 40,
ਜ਼ਖਮ ਲੱਗਦੇ ਗਏ ਸਰੀਰ ਤੇ। ਕਲਗੀਧਰ ਪਾਤਸ਼ਾਹ ਅਟਾਰੀ ਤੇ ਖਲੋਤੇ ਆਸ਼ੀਰਵਾਦ ਦਿੰਦੇ ਤੇ ਬਾਬਾ ਅਜੀਤ ਸਿੰਘ ਤਲਵਾਰ ਦੇ ਨਾਲ ਸਿਰ ਝੁਕਾ ਕੇ ਕਬੂਲ ਦਾ ਆਸ਼ੀਰਵਾਦ। ਅੱਲਾ ਯਾਰ ਖਾਂ ਕਹਿੰਦੇ ਦਿਲਬੰਦ ਨੇ ਤਲਵਾਰ ਸੇ ਤਸਲੀਮ ਬਜਾਈ, ਗਰਦਨ ਪਏ ਅਦਾਬ ਦਿਲਾਵਰ ਨੇ ਝੁਕਾਈ। ਇਤਨੇ ਮੇ ਫੌਜੇ ਸਿਤਮ ਆਰਾ ਉਮੜ ਆਈ, ਬਰਸ਼ੀ ਕਿਸੀ ਬਦਬਖਤ ਨੇ ਪੀਛੇ ਸੇ ਲਗਾਈ। ਤਿਉਰਾ ਕੇ ਗਿਰੇ ਜ਼ੀਨ ਸੇ ਸਰਕਾਰ ਜ਼ਮੀ ਪਰ, ਰੂਹ ਖੁੱਲ ਗਈ ਔਰ ਤਨਜ਼ਾਰ ਜ਼ਮੀ ਪਰ। ਸਿਰ ਝੁਕਾਇਆ, ਤਲਵਾਰ ਚਲਦੀ ਚਲਦੀ ਟੁੱਟ ਗਈ। ਹਜ਼ਾਰਾਂ ਸਰੀਰ ਤੇ ਵਾਰ ਹੋਏ, ਹਜ਼ਾਰਾਂ ਫੱਟ ਲੱਗੇ, ਤਨ ਖਿਲਰ ਗਿਆ ਤੇ ਉਹ ਅਗੰਮੀ ਜੋਤ ਗੁਰੂ ਗੋਬਿੰਦ ਸਿੰਘ ਦੇ ਨਿਰਗੁਣ ਸਰੂਪ ਦੇ ਵਿੱਚ ਅਭੇਦ ਹੋ ਗਈ ਤੇ ਅਟਾਰੀ ਤੇ ਖਲੋਤਾ ਖੁਦ ਖੁਰਾ ਗੁਰੂ ਗੋਬਿੰਦ ਸਿੰਘ ਲਖਤੇ ਜਿਗਰ ਦੀ ਸ਼ਹਾਦਤ ਤੇ ਅੱਖ ਚੋਂ ਮੋਤੀ ਸੁੱਟਣ ਦੀ ਬਜਾਏ ਗੱਜ ਕੇ ਸ਼ਬਦ ਪੜ ਰਿਹਾ ਹੈ, ਪਰਾਈ ਅਵਾਣ ਕਿਉਂ ਰੱਖੀ ਹੈ ਦਿੱਤੀ ਹੀ ਸੁੱਖ ਹੋਏ। ਖੇੜੇ ਵਿੱਚ ਜਕਾਰੇ ਪਿਆ ਛੱਡਦਾ ਹੈ, ਉਹੀ ਜਕਾਰਾ ਜਿਹੜਾ ਬਾਬਾ ਅਜੀਤ ਸਿੰਘ ਦੇ ਪ੍ਰਕਾਸ਼ ਤੇ ਛੱਡਿਆ, ਉਹੀ ਬਾਪੂ ਨੇ ਸ਼ਹੀਦੀ ਤੇ ਛੱਡਿਆ ਹੈ। ਵਜ਼ੀਰ ਕਾ ਹੈਰਾਨ ਸੀ ਵੀ ਇਹ ਕੈਸਾ ਗੁਰੂ ਹੈ ਜਿਹੜਾ ਲਖਤੇ ਜਿਗਰ ਦੀ ਸ਼ਹਾਦਤ ਤੇ ਵੈਣ ਪਾਉਣ ਦੀ ਬਜਾਏ ਜਕਾਰੇ ਪਿਆ ਛੱਡਦਾ ਹੈ। ਕੰਬ ਉੱਠਿਆ ਵਜ਼ੀਰ ਖਾਂ। ਇੱਥੇ ਹੀ ਬਸ ਨਹੀਂ, ਕਹਿੰਦਾ ਜਿਹੜਾ ਗੁਰੂ ਆਪਣੀ ਔਲਾਦ ਨੂੰ ਧਰਮ ਤੋਂ ਕਟਵਾ ਸਕਦਾ ਹੈ, ਉਸ ਧਰਮ ਨੂੰ ਕੋਈ ਖਤਮ ਨਹੀਂ ਕਰ ਸਕਦਾ। ਉਧਰੋਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਉਹਤੇ ਅੱਗੇ ਸ਼ਹਾਦਤ ਹਾਸਲ ਕਰਨ ਲਈ ਜਾ ਚੁੱਕੇ ਨੇ। ਬਾਬਾ ਜੁਝਾਰ ਸਿੰਘ 14 ਵਰਿਆਂ ਦਾ ਨਾਬਾਲਗ ਬੱਚਾ, ਵੈਸੇ ਤੇ ਉਹ ਸਾਡੇ ਬਾਬੇ ਨੇ, ਸਰੀਰ ਕਰਕੇ ਬੱਚਾ ਕਹਿ ਰਿਹਾ। ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਗਏ। ਹੁਣ ਤੁਸੀਂ ਆਖੋਗੇ 14 ਵਰਿਆਂ ਦੇ ਨੇ, ਸ਼ਾਇਦ ਡਰ ਹੋਵੇਗਾ ਮਨ ਵਿੱਚ ਵੀ ਪਿਤਾ ਜੀ ਮੈਨੂੰ ਰੱਖ ਲਓ, ਮੈਨੂੰ ਨਾ ਕਿਤੇ ਮੈਦਾਨੇ ਜੰਗ ਚ ਤੋਰਿਓ, ਬਚਾ ਲਓ ਮੈਨੂੰ, ਦੁਨਿਆਵੀ ਬੱਚਾ ਤੇ ਹੀ ਮੰਗ ਰੱਖੇਗਾ। ਕਹਿੰਦੇ ਨੇ ਬੇਟੇ ਕੋ ਸ਼ਹਾਦਤ ਮਿਲੀ, ਦੇਖਾ ਜੋ ਪਿੱਧਰ ਨੇ ਤੂਫਾਨ ਬੱਪਾ ਗਮ ਸੇ ਕੀਆ, ਦੀਦੇ ਤਰ ਨੇ ਇਸ ਵਕਤ ਕਹਾ ਨੰਨੇ ਸੇ ਮਾਸੂਮ ਪਿਸਰ ਨੇ, ਰੁਖਸਤ ਹਮੇ ਦਿਲਵਾਓ ਪਿਤਾ, ਜਾਏਂਗੇ ਮਰਨੇ ਭਾਈ ਸੇ ਵਿਛੜ ਕਰ, ਹਮੇ ਜੀਨਾ ਨਹੀਂ ਬਹਾਤਾ, ਸੋਨਾ ਨਹੀਂ ਖਾਣਾ ਨਹੀਂ ਪੀਣਾ ਨਹੀਂ ਬਹਾਤਾ। ਪਿਤਾ ਜੀ ਮੈਂ ਵੀਰ ਤੋਂ ਬਿਨਾਂ ਕਦੇ ਨਹੀਂ ਰਿਹਾ, ਇੱਕੇ ਮਾਂ ਦਾ ਖੀਰ ਚੁੰਗਿਆ ਗੋਦ ਮਾਣੀ, ਨਿੱਗ ਮਾਣਿਆ ਗੋਦ ਦਾ। ਪਿਤਾ ਜੀ ਇਕੱਠਿਆਂ ਗਤਕਾ ਖੇਡੇ, ਸ਼ਸਤਰ ਸ਼ਾਸਤਰ ਵਿੱਦਿਆ ਇਕੱਠਿਆਂ ਨੂੰ ਤੁਸੀਂ ਸਿਖਾਈ, ਤੁਹਾਡੀ ਗੋਦ ਚ ਇਕੱਠਿਆਂ ਖੇਡੇ, ਅੱਜ ਦਾਦੇ ਦੀ ਗੋਦ ਇਕੱਲਾ ਵੱਡਾ ਭਾਈ ਤੋਰ ਦਿੱਤਾ, ਜੇ ਵਿਦਕਰਾ ਕਿਉਂ ਮੈਨੂੰ ਵੀ ਤੋਰੋ। ਇਹ 14 ਵਰਿਆਂ ਦਾ ਬਾਲਕ ਲੱਖਾਂ ਤਲਵਾਰਾਂ ਤੇ ਨੱਚਣ ਦੀ ਆਗਿਆ ਮੰਗਦਾ ਹੈ, ਇਹ ਗੁਰੂ ਗੋਬਿੰਦ ਸਿੰਘ ਦਾ ਲਾਲ ਮੰਗ ਸਕਦਾ? ਸਾਡੇ ਵਾਲੇ ਤੇ ਆ ਬੱਤੀਆਂ ਬੁਝਾ ਦੋ ਤੇ ਗਵਾਂਢੀਆਂ ਦੇ ਘਰ ਜਾਣ ਜੋਗੇ ਨਹੀਂ, 14 ਸਾਲ ਦੀ ਕੋਈ ਉਮਰ ਹੈ? ਇਹ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦੇ ਲਖਤੇ ਜਿਗਰ ਨੇ, ਜਿਹਦੀਆਂ ਰਗਾਂ ਚ ਰੱਬ ਦਾ ਲਹੂ ਹੈ, ਉਹੀ ਤਲਵਾਰਾਂ ਤੇ ਨੱਚਣ ਦੀ ਬਾਤ ਪਾ ਸਕਦਾ ਹੈ। ਪਿਤਾ ਦੇ ਸਾਹਮਣੇ ਹੋਏ ਤੇ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ, ਤਿਸਕੀ ਸਰਣ ਨਾਹੀ ਭਉ ਸੋਗ, ਜਿਹੜਾ ਗੁਰੂ ਦੀ ਸ਼ਰਨ ਹੈ ਨਾ ਡਰੀ ਹੈ ਤੇ ਨਾ ਉਸਨੂੰ ਸੋਗ ਹੀ ਹੁੰਦਾ ਕਿਸੇ ਦੀ ਗੱਲ ਦਾ। ਆਗਿਆ ਮੰਗੀ ਤੇ ਦੀਨ ਦੁਨੀਆਂ ਦੇ ਮਾਲਕ ਆਖਣ ਲੱਗੇ, ਥੀ ਦੂਸਰੇ ਬੇਟੇ ਕੀ ਸੁਣੀ ਬੇਨਤੀ, ਜਿਸ ਦਮ ਸਰਕੋ ਦੇਹ ਨੇ ਪਾਕ ਮੇ ਬੋਸੇ ਦੀਏ ਪਹਿਮ, ਮਰਨੇ ਕੇ ਲੀਏ ਕਹਿਣੇ ਲੱਗੇ ਜਾਈਏ ਜਮ ਜਮ, ਰੂਠੋ ਨਾ ਖੁਦਾਰਾ ਨਹੀਂ ਰੋਕੇਂਗੇ ਕਭੀ, ਹਮ ਹਮਨੇ ਹੀ ਕਹਾ ਥਾ ਬਾਪ ਕੋ ਜਾਂ ਦੀਜੇ ਧਰਮ ਪਰ, ਲੋ ਕਹਤੇ ਹੈ ਅਬ ਆਪ ਕੋ ਜਾਂ ਦੀਜੇ ਧਰਮ ਪਰ। ਮੈਂ ਤੇ 9 ਵਰਿਆਂ ਦੀ ਉਮਰ ਵਿੱਚ ਬਾਪ ਤੋਰਿਆ ਸੀ ਸ਼ਹੀਦੀ ਲਈ, ਜਾਓ ਅੱਜ ਤੁਹਾਨੂੰ ਤੋਰਦੇ ਹਾਂ, ਥਾਪੜਾ ਦੇ ਕੇ ਆਪ ਤਿਆਰ ਕਰਕੇ ਭਰਾਈ ਸੀ ਆਵਾਜ਼ ਸੇ ਬੋਲੇ ਗੁਰੂ ਗੋਬਿੰਦ।
पाला है तुम्हें नाज से बोले गुरु गोविंद, और रोका नहीं आगाज से बोले गुरु गोविंद, उस नन्हे से जांबाज से बोले गुरु गोविंद, लो आओ तने पाक पे शस्त्र सजा दें, छोटी सी कमा नन्नी सी तलवार सजा दें। कहिंदे आओ मैं तैयार करदा तुहानू, नीमचा कढ़िया छोटी तलवार खंजर आपदा कमर कसे दा कढ़िया दे के बाबा जुझार सिंह नू, कहिंदे तुहाडे लई तलवार ही है। 14 वरिया दे लाल दा पत्था तीरां नाल भर दिता, दस्तारा सजाया, कलगी लाई, मथा चुमिया ते आखण लगे हम देते हैं खंजर, इसे शमशीर समझना। आखण लगे नेजे की जग है दादा का तुम तीर समझना, जिते मरे इससे उन्हें बेपीर समझना, जखम आए तो होना नहीं दिलगीर समझना, जब तीर कलेजे में लगे सी नहीं करना, जब तीर कलेजे में लगे सी नहीं करना, उफ मुंह से मेरी जान कभी नहीं करना। बापू कहिंदे देख जखम होणगे तीर चलणगे तलवारां मिलणगी, नेजियां विनना है शरीर नू, गलुए चो सी ना आखियो किते लोक आखण ना बचे तके नाल, जंग लई तोर दिते ओ तैयार नहीं सन, सी नहीं कहना, भाणे विच रहना है। ते जांदियां कहिंदे जा बाबा जुझार सिंघा तू ओ मला है जेड़ा बेड़ी नू पार लांदा है, धर्म दी नैया पार ला दे बेटा, हो तुम ही पंथ के बेड़े के खवैया, सर भेंट करो ताके चले धर्म की नैया, ले दे के तुम ही थे मेरे गुलशन के बकैया, लो जाओ के राहा तकते हैं भैया, लो जाओ के राहा सब खुलद में तकते हैं भैया, जाओ हुण कहिंदे ख्वाहिश है। वेखो एक बाप की मंगदा है, बच्चा चंगी नौकरी करे, चंगे करदा रिश्ता आवे, अंस चले, खुशियां खेड़े माने, चंगी उपाधि हासिल करे, कलगी धर दी ए इच्छा नहीं सी। वड्डे वड्डे मरातमियां वाले शरीर भी मिट्टी ते नाम ही मिट्टी हो जांदा, जो कलगी धर ने मंगिया है जिसनू मिल गया रहिंदी दुनिया तक उहदा नाम अमर रहेगा। पता की मंगिया, ख्वाहिश है तुम्हें तेग चलाते हुए देखे हम, आंख से बरसी तुम्हें खाते हुए देखे। मेरी ख्वाहिश है बच्चा बाबा जीत सिंह वांगू तलवार चलाते तू भी बरसी नाल विन्या जा, शहादत दी अवधि माण ते रहिंदी दुनिया तक तेरे नाम दी जय जयकार रहेगी। ये कलगीधारी ऐसी इच्छा रख सकता है, तोरिया मथा चुमके लैके उपदेश बिजली वांगू कड़क के मैदाने जंग नू तुरिया है बाबा जुझार सिंह अजमत खां, बहादुर खां, नाहर खां, पुलाद खां, सुल्तान खां वर्गे बड़े बड़े जरनैल हजारां सवार लैके दे इर्द गिर्द जंग दे लई वंगार के वधे ने। मुगलां दे विच बदल वांगू गजिया है बाबा जुझार सिंह, दीन दुनिया दे मालक कलगी धरदा लखते जिगर, ऐसा नीमचा ऐसी तलवार चलाई, कहिंदे अल्लाह अल्लाह दी कूक निकली है गलुए विचों मुगलां दे, ऐसी हाहाकार मचाई है उसने। कहिंदे जब फतह है गजाकर गए जुझार थे रन में, हर शेर भगेला नजर आने लगा बन में, हर शेर भगेला नजर आने लगा बन में, नन्नी से कजा से बोले मैं आई हूं शरण में, दिलवाओ अमा गोशे दामने कफन में। सब गिदड़ बन गए उदी चलदी तलवार वेख के, ते रौला पाके कहिंदे ने की, कहिंदे ने रौला पाके, रौला पाके ओ मुगल पुकार करदे ने, कहिंदे बच बच के लड़ो कलगियां वाले के पिसर से, यह नीमचा लाए हैं गुरु जी की कमर से, ये तो बच के लड़ो, ये गुरु दा खंजर लेके आया जे,
ਇਹ ਗੁਰੂ ਦੀ ਤਲਵਾਰ ਲੈ ਕੇ ਆਇਆ ਜੇ ਦਸਬੀਸ ਕੋ ਜ਼ਖਮੀ ਕੀਆ ਦਸਬੀਸ ਕੋ ਮਾਰਾ ਇੱਕ ਹਮਲੇ ਨੇ ਇਸ ਏਕ ਨੇ ਇੱਕੀਸ ਕੋ ਮਾਰਾ ਖਨੀਸ ਕੋ ਮਾਰਾ ਕਭੀ ਕਿਬਲੀਸ ਕੋ ਮਾਰਾ ਗੁਲ ਮਚ ਗਿਆ ਗੁਲ ਮਚ ਗਿਆ ਇੱਕ ਤਿਫਲੇ ਨੇ ਚਾਲੀਸ ਕੋ ਮਾਰਾ ਵੀਆਂ ਨੂੰ ਤੀਆਂ ਨੂੰ ਚਾਲੀਆਂ ਨੂੰ ਇਉਂ ਸੈਂਕੜਿਆਂ ਦੇ ਸਿਰ ਲਾਏ ਉਸਨੇ ਸੈਂਕੜਿਆਂ ਦੇ ਸਿਰ ਲਾਏ ਉਸਨੇ ਅੱਲਾ ਯਾਰ ਖਾਂ ਕਹਿੰਦੇ ਭਾਈ ਦਾ ਸਰੀਰ ਨਜ਼ਰੀ ਆਇਆ ਲੜਦਿਆਂ ਲੜਦਿਆਂ ਸਰੀਰ ਤੇ ਫੱਟ ਲੱਗੇ ਇਤਨੇ ਮੇਂ ਖਤੰਗ ਆ ਕੇ ਲੱਗਾ ਹਾਏ ਜਿਗਰ ਮੇਂ ਥਾ ਤੀਰ ਕਲੇਜੇ ਮੇਂ ਜਾਂ ਕਾਂਟਾ ਗੁਲੇ ਤਰ ਮੇਂ ਤਾਰੀਖ ਜ਼ਮਾਨਾ ਹੁਆ ਸਤਿਗੁਰ ਕੀ ਨਜ਼ਰ ਮੇਂ ਤੂਫਾਨ ਉਠਾ ਖਾਕ ਉੜੀ ਸ਼ਹਿਰ ਮੇਂ ਬਰ ਮੇਂ ਕਹਿੰਦੇ ਤੀਰ ਲੱਗੇ ਕਲੇਜੇ ਵਿੱਚ ਏਦਾਂ ਚੀਰ ਕੇ ਗਾਂਹ ਲੰਘ ਗਏ ਜਿੱਦਾਂ ਗੁਲਾਬ ਦੀਆਂ ਪੰਖੜੀਆਂ ਨੂੰ ਕੰਡਾ ਚੀਰ ਕੇ ਲੰਘ ਜਾਂਦਾ ਹੈ ਸਰੀਰ ਵਿੰਨਿਆ ਗਿਆ ਭਾਈ ਤੇ ਭਾਈ ਡਿੱਗ ਪਿਆ ਮੈਦਾਨੇ ਜੰਗ ਵਿੱਚ ਦੋਵੇਂ ਲਖਤੇ ਜਿਗਰ ਡਿੱਗ ਪਏ ਮੈਂ ਸੋਚਦਾ ਹਾਂ ਲਾ ਯਾਰ ਖਾਂ ਕਹਿੰਦਾ ਅੱਜ ਕਲਕੀਆਂ ਵਾਲਾ ਅੱਖਾਂ ਚੋਂ ਮੋਤੀ ਸੁੱਟੇਗਾ ਅੱਜ ਰੋਵੇਗਾ ਤੇ ਜਦੋਂ ਕਹਿੰਦਾ ਉਹਦੇ ਵੱਲ ਕੋਈ ਨਜ਼ਰ ਦੜਾਉਂਦਾ ਹੈ ਨਾਜ਼ਮ ਵਜ਼ੀਰ ਖਾਂ ਵਰਗੇ ਹੈਰਾਨ ਨੇ ਕਿਸ ਮਿੱਟੀ ਦਾ ਬਣਿਆ ਏ ਦੋ ਲਾਲੇ ਦੇ ਅੱਗੇ ਵਿਛੜ ਗਏ ਨੇ ਪਤਾ ਨਹੀਂ ਕਿਹੜੀ ਹਾਲਤ ਵਿੱਚ ਨੇ ਤੇ ਦੋ ਲਾਲ ਅੱਖਾਂ ਸਮੇਂ ਸ਼ਹੀਦ ਹੋ ਗਏ ਨੇ ਇਹਦੀਆਂ ਅੱਖਾਂ ਵੱਲ ਵੇਖੋ ਤੇ ਉਹੀ ਨੂਰ ਹੈ ਜਿਹੜਾ ਬੱਚਿਆਂ ਦੇ ਆਗਾਸ਼ ਤੇ ਇੱਕ ਬਾਪ ਦੀਆਂ ਅੱਖਾਂ ਵਿੱਚ ਹੁੰਦਾ ਏ ਇਹ ਗਲੂਏ ਚੋਂ ਵੈਣ ਪਾਉਣ ਦੀ ਬਜਾਏ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਏ ਜਕਾਰੇ ਤੇ ਜਕਾਰੇ ਛੱਡੀ ਜਾਂਦਾ ਏ ਇਹ ਗੁਰੂ ਗੋਬਿੰਦ ਸਿੰਘ ਦਾ ਰੁਤਬਾ ਅੱਲਾ ਯਾਰ ਖਾਂ ਕਹਿੰਦਾ ਮੈਂ ਵੇਖੇ ਨੇ ਇਤਿਹਾਸ ਫੋਲ ਕੇ ਵੱਡੇ ਵੱਡੇ ਪੈਗੰਬਰ ਰੋਏ ਨੇ ਬੱਚਿਆਂ ਦੀ ਮੌਤ ਤੇ ਯਾਕੂਬ ਕੋ ਯੂਸਫ ਕੇ ਵਿਛੜਨੇ ਨੇ ਰੁਲਾਇਆ ਸਾਬਰ ਕੋਈ ਕਮ ਐਸਾ ਰਸੂਲੋਂ ਮੇਂ ਆਇਆ ਕਟਵਾ ਕੇ ਪਿਸਰ ਚਾਰ ਇੱਕ ਆਂਸੂ ਨਾ ਬਹਾਇਆ ਰੁਤਬਾ ਗੁਰੂ ਗੋਬਿੰਦ ਨੇ ਰਿਸ਼ੀਓਂ ਕਾ ਬੜਾਇਆ ਕਹਿੰਦਾ ਯਾਕੂਬ ਜਦੋਂ ਉਹਦੇ ਕੋਲੋਂ ਯੂਸਫ ਵਿਛੜਿਆ ਨਾ ਲਖਤੇ ਜਿਗਰ ਰੋਇਆ ਆਇਆ ਏਡਾ ਰਹਿਬਰ ਰੋਇਆ ਆਇਆ ਰਾਮ ਜੀ ਕੋਲੋਂ ਸੀਤਾ ਵਿਛੜੀ ਮਨ ਮੈਂ ਝੂਰਾ ਰਾਮ ਚੰਦ ਰਾਮ ਜੀ ਨੇ ਵੈਰਾਗ ਕੀਤਾ ਕ੍ਰਿਸ਼ਨ ਜੀ ਦੀ ਕਾਲ ਯਾਦਵ ਕੁਲ ਦਾ ਜਦੋਂ ਅੰਤ ਹੋਇਆ ਵੈਰਾਗ ਕੀਤਾ ਉਹਦਾ ਜੀਸਸ ਕ੍ਰਾਈਸਟ ਸੂਲੀ ਤੇ ਚੜਿਆ ਵੈਰਾਗ ਵਿੱਚ ਆ ਗਿਆ ਕਹਿੰਦਾ ਗੁਰੂ ਗੋਬਿੰਦ ਸਿੰਘ ਕਿਸ ਮਿੱਟੀ ਦਾ ਬਣਿਆ ਏ ਚਾਰ ਲਖਤੇ ਜਿਗਰ ਵਾਰ ਕੇ ਅੱਖ ਚੋਂ ਮੋਤੀ ਨਾ ਸੁੱਟੇ ਮੈਂ ਕਹਿੰਦਾ ਹੈਰਾਨ ਹਾਂ ਮੈਂ ਹੈਰਾਨ ਹਾਂ ਕਹਿੰਦਾ ਤੇਰੀ ਅਜ਼ਮਤ ਤੇ ਤੇਰੀ ਬਰਕਤ ਤੇ ਤੇਰੀ ਪਹੁੰਚ ਤੇ ਤੇਰੀ ਕਰਾਮਾਤ ਦੇ ਉੱਤੇ ਵੀ ਤੇਰੀਆਂ ਅੱਖਾਂ ਚੋਂ ਮੋਤੀ ਨਹੀਂ ਡਿੱਗਾ ਤੇ ਕੀ ਕਹਿ ਰਿਹਾ ਸੀ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਜ਼ ਕਿਸੈ ਸਿਓ ਕੀਜਾ ਇਹ ਗੁਰੂ ਗੋਬਿੰਦ ਸਿੰਘ ਦੀ ਪਹੁੰਚ ਹੈ ਗੁਰਮੁਖ ਹੋਵੇ ਸੋ ਭਾਣਾ ਮੰਨੇ ਸਹਿਜੇ ਹਰ ਰਸ ਪੀਜਾ ਇਹ ਉਹ ਅਵਸਥਾ ਹੈ ਸ਼ਹੀਦ ਹੋ ਗਏ ਸਾਹਿਬਜ਼ਾਦੇ ਸ਼ਹਾਦਤ ਦੀ ਅਵਧੀ ਮਾਣ ਗਏ ਸੂਰਜ ਛਿਪ ਗਿਆ ਜੰਗ ਰੁਕ ਗਈ ਮਹਾਰਾਜ ਕਹਿੰਦੇ ਸੋਦਰ ਦਾ ਪਾਠ ਹੋਵੇਗਾ ਪਾਠ ਹੋਇਆ ਕੀਰਤੀ ਗਾਈ ਜਾਵੇਗੀ ਤੇ ਕੀ ਗਾਈਏ ਸਿੰਘ ਕਹਿੰਦੇ ਮਹਾਰਾਜ ਕਹਿੰਦਾ ਬਾਬਾ ਅਜੀਤ ਸਿੰਘ ਦੇ ਆਗਾਜ਼ ਤੇ ਕੀ ਪੜਿਆ ਸੀ ਕਹਿੰਦੇ ਪੜਿਆ ਸੀ ਆਨੰਦ ਭਇਆ ਮੇਰੀ ਤੇ ਕਹਿੰਦੇ ਫਿਰ ਅੱਜ ਉਹਦੀ ਸ਼ਹਾਦਤ ਤੇ ਵੀ ਇਹੀ ਪੜਿਆ ਜਾਵੇਗਾ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜੇ ਸ਼ਹਾਦਤ ਦੀ ਆਪਦੀ ਮਾਣ ਵੀ ਲਈ ਹੈ ਤੇ ਦਾਦੇ ਦੀ ਗੋਦ ਹੀ ਮੱਲੀ ਹੈ ਨਿਰਗੁਣ ਸਰੂਪ ਵਿੱਚ ਅਭੇਦਤਾ ਹੀ ਹਾਸਲ ਕੀਤੀ ਹੈ ਯਾਦ ਰੱਖਿਓ ਜਿਹੜੇ ਕੀਰਤੀ ਗਾਉਂਦੇ ਨੇ ਅਨਦਿਨ ਕੀਰਤਨ ਗੁਣ ਰਵੈ ਪਿਆਰੇ ਅੰਮ੍ਰਿਤ ਪੂਰ ਭਰੇ ਜਿਹੜੇ ਦਿਨ ਰਾਤ ਅਕਾਲ ਪੁਰਖ ਦੇ ਗੀਤ ਗਾਉਂਦੇ ਨੇ ਦੁੱਖ ਸਾਗਰ ਤਿੰਨ ਲੰਘਿਆ ਪਿਆਰੇ ਭਵਜਲ ਪਾਰ ਪਰੇ ਉਹਨਾਂ ਨੂੰ ਦੁੱਖ ਨਹੀਂ ਛੂੰਹਦਾ ਉਹਨਾਂ ਨੂੰ ਦੁੱਖ ਲੱਗਦਾ ਹੀ ਨਹੀਂ